ਜਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਐਸਆਈਟੀ ਨੂੰ ਹਾਈ ਕੋਰਟ ਵੱਲੋਂ ਰੱਦ ਕੀਤਾ ਗਿਆ ਉਸ ਤੋਂ ਬਾਅਦ ਇਸ ਤੇ ਰਾਜਨੀਤੀ ਤੇਜ਼ ਹੁੰਦੀ ਜਾ ਰਹੀ ਹੈ ਰਾਜਨੀਤੀ ਦੇ ਵਿਚਾਲੇ ਪੰਥਕ ਤਿਰਾਂ ਜਿਹੜੀਆਂ ਉਹ ਇਕੱਠੀਆਂ ਹੋਣੇ ਸ਼ੁਰੂ ਹੋ ਗਈਆਂ ਪੰਥਕ ਤਿਰਾਂ ਨੇ ਪੰਜਾਬ ਸਰਕਾਰ ਦੇ ਐਕਸ਼ਨ ਤੇ ਸਵਾਲ ਚੁੱਕਿਆ ਤੇ ਹੁਣ ਅਲਟੀਮੇਟਮ ਦੇ ਦਿੱਤਾ 72 ਘੰਟਿਆਂ ਦੇ ਵਿੱਚ ਕੋਈ ਕਾਰਵਾਈ ਕਰੋ ਨਹੀਂ ਤਾਂ ਵੱਡਾ ਅਲਟੀਮੇਟਮ ਹੋ ਜਾਵੇਗਾ ਸੰਘਰਸ਼ ਤਿੱਖਾ ਹੋ ਜਾਵੇਗਾ ਚੋਣ ਮਾਰੇ ਵਿੱਚ ਇਹ ਸਭ ਕੁਝ ਹੋ ਰਿਹਾ ਤੇ ਬੜੇ ਸਾਰੇ ਸਵਾਲ ਉੱਠ ਰਹੇ ਆਮ ਆ띠 ਪਾਰਟੀ ਨੇ ਪ੍ਰੋਟੈਸਟ ਕੀਤਾ ਚੰਡੀਗੜ੍ਹ ਦੇ ਵਿੱਚ ਆ ਕੇ ਜਿਹੜੇ ਇਹਨਾਂ ਦੇ ਬਧਾਇਕ ਹੈ ਇਹਨਾਂ ਦੇ ਲੀਡਰ ਹੈ ਉਹਨਾਂ ਦੀ ਪੁਲਿਸ ਨਾਲ ਝੜਪਾਂ ਵੀ ਹੋਈਆਂ ਤੇ ਕੁਝ ਆਖੂਆਂ ਨੂੰ ਗ੍ਰਿਫਤਾਰ ਤੱਕ ਵੀ ਕੀਤਾ ਗਿਆ ਹਰਾਸ ਵਿੱਚ ਵੀ ਲਿਆ ਗਿਆ ਬਹੁਤ ਸਾਰੇ ਸਵਾਲ ਹੈ ਵਿਰੋਧੀ ਤੇ ਇਹਨਾਂ ਨੇ ਸਵਾਲ ਚੁਕਣਾ ਸ਼ੁਰੂ ਕਰ ਦਿੱਤੇ ਹੈ ਤੇ ਕਾਨੂੰਨੀ ਪੱਖ ਤੇ ਸਿਆਸੀ ਤੌਰ ਤੇ ਕਿੱਥੇ ਖੜਾ ਹੈ ਸਾਰਾ ਮੁੱਦਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਐਸਆਈਟੀ ਤੇ ਵਧਿਆ ਕਮਸਾਨ ਕੈਪਟਨ ਕੋਲ ਕਿਹੜਾ ਪਲਾਨ ਵਟਸਵਾਲ ਇਸ ਡਿਬੇਟ ਵਿੱਚ ਅਸੀਂ ਰੱਖਾਂਗੇ ਬੇਅਦਬੀ ਨਾਲ ਜੁੜੇ ਕੇਸ ਨੂੰ ਹੁਣ ਜਨਤਾ ਦੀ ਕਚਹਿਰੀ 'ਚ ਕਿਵੇਂ ਪੇਸ਼ ਕਰੇਗੀ ਕੈਪਟਨ ਸਰਕਾਰ ਕਿਉਂਕਿ ਕਾਨੂੰਨ ਦੀ ਕਚਹਿਰੀ ਵਿੱਚ ਇਹ ਕੇਸ ਕਮਜ਼ੋਰ ਹੋ ਗਿਆ ਤੇ ਜਨਤਾ ਦੀ ਕਚਹਿਰੀ ਵਿੱਚ ਹੁਣ ਕਿਵੇਂ ਪੇਸ਼ ਕੀਤਾ ਜਾਵੇਗਾ ਸਾਰਾ ਕੇਸ ਇਸ ਮੁੱਦੇ ਤੇ ਡਿਬੇਟ ਕਰਾਂਗੇ ਪੈਨਲ ਸਾਡਾ ਮੌਜੂਦਾ ਹਨ ਤੁਹਾਡਾ ਤਾਰਫ ਕਰਾ ਰਹੇ ਤੇ ਫਿਰ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਜਗਮਉਤ ਸਿੰਘ ਪੱਟੀ ਸੀਨੀਅਰ ਐਡਵੋਕੇਟ ਨੇ ਪੱਟੀ ਸਾਹਿਬ ਦਾ ਬੜਾ ਲੰਬਾ ਤਿਆਰਪਾ ਤੇ ਇਹ ਉਸੇ ਹਾਈ ਕੋਰਟ ਵਿੱਚ ਵਿਚਰਦੇ ਆ ਜਿਹੜੇ ਹਾਈ ਕੋਰਟ ਨੇ ਇਸ ਐਸਆਈਟੀ ਨੂੰ ਖਾਰਜ ਕੀਤਾ ਇਸ ਕਰਕੇ ਪੱਟੀ ਸਾਹਿਬ ਨੂੰ ਸੱਦਿਆ ਪੱਟੀ ਸਾ ਸਦੀਪ ਸਿੰਘ ਰੋਪੜ ਕਾਂਗਰਸ ਦੇ ਬੁਲਾਰੇ ਨਾਲ ਇਹ ਡਿਬੇਟ ਓਕੀ ਹੋ ਸਕਦੀ ਹੈ ਕਿਉਂਕਿ ਇਹਨਾਂ ਦੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਤੇ ਸਦੀਪ ਸਿੰਘ ਰੋਪੜ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਬੈਠੇ ਸਦੀਪ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ ਚੰਦ ਸਿੰਘ ਬਰਾੜ ਸ਼੍ਰੋਮਣੀ ਕਾਲਤਾ ਦੇ ਬੁਲਾਰੇ ਆ ਉਹ ਅਜੇ ਪਹੁੰਚੇ ਨਹੀਂ ਜਦੋਂ ਪਹੁੰਚਣਗੇ ਫਿਰ ਉਹਨਾਂ ਦਾ ਵੀ ਸਵਾਗਤ ਕਰ ਦਵਾਂਗੇ ਇਕਬਾਲ ਸਿੰਘ ਆਮ ਆਦੀ ਪਾਰਟੀ ਦੇ ਬੁਲਾਰੇ ਹੈ ਇਹਨਾਂ ਦੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਤੇ ਉਸ ਪ੍ਰੋਟੈਸਟ ਦੇ ਵਿਚਾਲੇ ਆਮ ਆਦੀ ਪਾਰਟੀ ਇਹ ਸਵਾਲ ਲਗਾਤਾਰ ਚੱਕ ਰਹੀ ਹੈ ਕਿ ਕੈਪਟਨ ਮਰਿੰਦ ਸਿੰਘ ਦੀ ਸਰਕਾਰ ਤੇ ਪਿਛਲੀ ਜਿਹੜੀ ਕਾਲੀ ਪਾਈਪਾ ਸਰਕਾਰ ਹੈ ਉਹ ਰਲੀ ਹੋਈ ਹੈ ਇਹਨਾਂ ਸਵਾਲਾਂ ਦੇ ਜਵਾਬ ਇਹਨਾਂ ਤੋਂ ਲਵਾ ਕੇ ਇਕਬਾਲ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਕਾਲੀ ਦਾਲ ਦੇ ਬਲਾਰੇ ਵੀ ਸਾਡੇ ਕੋਲ ਜਲਦੀ ਪਹੁੰਚ ਜਾਣਗੇ ਉਹਨਾਂ ਦਾ ਵੀ ਸਵਾਗਤ ਕਰ ਦੋਨਾਗੇ ਤੇ ਪਹਿਲਾ ਪਹਿਲਾ ਸਵਾਲ ਸਭ ਤੋਂ ਪਹਿਲਾ ਪਹਿਲਾ ਸਵਾਲ ਮੈਂ ਸੁਦੇਸ਼ਨ ਰੌਪੜ ਤੁਹਾਨੂੰ ਕਰਨਾ ਚਾਹਾਂਗਾ ਸੁਦੇਸ਼ਨ ਰੌਪੜ ਸਰ ਤੁਸੀਂ ਮੰਥਨ ਵੀ ਕਰੀ ਜਾਂਦੇ ਹੋ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਸੀਂ ਅਗਲੀ ਕਾਰਵਾਈ ਕਰਾਂਗੇ ਕੋਰਟ ਦੇ ਵਿੱਚ ਜਾਵਾਂਗੇ ਸਾਡੇ ਕੋਲੇ ਫੈਸਲਾ ਪਹੁੰਚ ਜਾਵੇ ਹਾਈ ਕੋਰਟ ਦਾ ਕੀ ਕੁਝ ਹੋਇਆ ਸੁਦੇਸ਼ ਰੌਪੜ ਤੁਹਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੀ ਪਈ ਹੋ ਪੰਜਾਬ ਦੀ ਜਨਤਾ ਦੇਖੋ ਗੱਲ ਇਹ ਆ ਕਿ ਪੀਜੀ ਨਾ ਪਿਸ਼ਵਾਸੀ ਵਾਲੀ ਕੋਈ ਗੱਲ ਨਹੀਂ ਨਾ ਕੋਈ ਇਹ ਇਸ ਕਿਸਮ ਦੀ ਗੱਲ ਹੈ ਦੇਖੋ ਹਜੇ ਤੱਕ ਜਿਹੜੀ ਜਜਮੈਂਟ ਉਹ ਆਈ ਨਹੀਂ ਜਜਮੈਂਟ ਜਦੋਂ ਵੀ ਆ ਜਾਂਦੀ ਹੈ ਉਹਦੇ ਉੱਤੇ ਫੌਰੀ ਤੌਰ ਦੇ ਉੱਤੇ ਆਲਰੇਡੀ ਜਿਹੜਾ ਹੈਗਾ ਇਹ ਤੇ ਮੰਤਨ ਚੱਲ ਰਿਹਾ ਫੌਰੀ ਤੌਰ ਦੇ ਉੱਤੇ ਐਕਟ ਕੀਤਾ ਜਾਊਗਾ ਔਰ ਇਹ ਇੱਕ ਕੋਈ ਲੀਗਲ ਮੈਟਰ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਆਸਥਾ ਦਾ ਮੈਟਰ ਹੈ ਔਰ ਇਹਦੇ ਉੱਤੇ ਜਿਹੜਾ ਫੌਰੀ ਤੌਰ ਦੇ ਉੱਤੇ ਐਕਟ ਕੀਤਾ ਜਾਊਗਾ ਠੀਕ ਹੈ ਚੰਦ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ ਸ਼ਰਮਣੀ ਜੀ ਅੱਜ ਬੁਲਾ ਰਹੇ ਚੰਦ ਸਿੰਘ ਬਰਾੜ ਇਕਬਾਲ ਸਿੰਘ ਕਾਂਗਰਸ ਕਹਿ ਰਹੀ ਹੈ ਅਸੀਂ ਐਕਸ਼ਨ ਕਰਾਂਗੇ ਤੁਸੀਂ ਇੰਤਜ਼ਾਰ ਕਰੋ ਫੈਸਲਾ ਸਾਡੇ ਕੋਲ ਆ ਲੈਣ ਦਿਓ ਇਕਬਾਲ ਸਿੰਘ ਜੀ ਇਹ ਕਹਿੰਦੇ ਨਾ ਵਿਸ਼ਵਾਸੀ ਵਾਲੀ ਬੇਵਿਸ਼ਵਾਸੀ ਵਾਲੀ ਕੋਈ ਵਜ੍ਹਾ ਨਹੀਂ ਹੋਣੀ ਚਾਹੀਦੀ ਨੇ ਦੇਖੋ ਕੇਪੀਜੀ ਗੱਲ ਇਹ ਹੈ ਵੀ ਇਹ ਫੈਸਲਾ ਜਿਹੜਾ ਵੀ ਜਦੋਂ ਮਰਜੀ ਆਵੇ ਪਰ ਇਹ ਜਿਹੜਾ ਫੈਸਲਾ ਲੋਕਾਂ ਦੀ ਕਚਹਿਰੀ ਚ ਜਾ ਚੁੱਕਿਆ ਤੇ ਉਸ ਕਚਹਿਰੀ ਨੇ ਅਕਾਲੀ ਦਲ ਨੂੰ ਦੋਸ਼ੀ ਗਰਦਾਨ ਤਾ ਤੇ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਇਹ ਤਾਂ ਸਭ ਤੋਂ ਪਹਿਲਾ ਐ ਸਿੱਧ ਕਰਕੇ ਲੋਕਾਂ ਦੇ ਸਾਹਮਣੇ ਰੱਖਤਾ ਹੁਣ ਕਚਹਿਰੀਆਂ ਕੀ ਕਰਦੀਆਂ ਨਹੀਂ ਕਰਦੀਆਂ ਉਹ ਬਾਧੀਆਂ ਗੱਲਾਂ ਟੈਕਨੀਕਲ ਐ ਹੁਣ ਕਿਰਨਵੀਰ ਕੰਗ ਐ ਜਿਹੜਾ ਉਹ ਅਕਾਲੀ ਦਲ ਦਾ ਲੀਡਰ ਐ ਸੀਨੀਅਰ ਲੀਡਰ ਐ ਉਦੀ ਵੀਡੀਓ ਮੈਂ ਸੈਂਡ ਕਰ ਦਿੰਨਾ ਤੁਸੀਂ ਚਲਾ ਦਿਓ ਉਹ ਖੁਦ ਮੰਨਦਾ ਵੀ ਕੈਪਟਨ ਮਰਿੰਦਰ ਸਿੰਘ ਤੇ ਬਾਦਲ ਪਰਵਾਰ ਇਹਨਾਂ ਦੀ ਦੁਬਈ ਚ ਜਾ ਕੇ ਮਜੀਠਿਆ ਪਰਿਵਾਰ ਨੇ ਸਹਿਮਤੀ ਕਰਾਈ ਆ ਆਪਸ ਚ ਵੀ ਤੁਸੀਂ ਸਾਡੇ ਸਿਟੀ ਸੈਂਟਰ ਘਟਾਲੇ ਦੇ ਕੇਸ ਵਾਪਸ ਲੈ ਲਓ ਤੇ ਤੁਸੀਂ ਅਸੀਂ ਤੁਹਾਡਿਓ ਸਿਟੀ ਸੈਂਟਰ ਦੇ ਵਾਪਸ ਲੈ ਲੈਣਾ ਤੁਸੀਂ ਸਾਡੇ ਬਰਗਾੜੀ ਦੇ ਲੈ ਲਓ ਮਤਲਬ ਉੱਥੇ ਸਹਿਮਤੀ ਗੱਲ ਮੁੱਕ ਚੁੱਕੀ ਕਿਰਨਵੀਰ ਕੰਗਨ ਐ ਔਨ ਰਿਕਾਰਡ ਸਟੇਜ ਤੇ ਕਹੀ ਐ ਇਹਨਾਂ ਦਾ ਸੀਨੀਅਰ ਲੀਡਰ ਐ ਕਾਂਗਨ ਦਾ ਇਸ ਕਰਕੇ ਹੁਣ ਬੋਲਣ ਨੂੰ ਅੱਗੇ ਕੁਝ ਰਹਿ ਵੀ ਨਹੀਂ ਜਾਂਦਾ ਹੈਗਾ ਜਦੋਂ ਇਹਨਾਂ ਦੇ ਅੰਦਰਲੇ ਲੀਡਰ ਜਿਨ੍ਹਾਂ ਨੂੰ ਘਰ ਦੀਆਂ ਗੱਲਾਂ ਪਤਾ ਬਹੁਤ ਕੁਝ ਉਹ ਕਹਿੰਦਾ ਅੱਗੇ ਵੀ ਮੈਂ ਖੁਲਾਸੇ ਕਰੂੰਗਾ ਅਸੀਂ ਵਿਰੋਧੀ ਧਿਰ ਤਾਂ ਰੋਲਾ ਪਾਉਣੇ ਚੱਲ ਸਾਡੇ ਵਿਰੋਧੀ ਦੀ ਅੰਤਰਤੇਲ ਇਲਜ਼ਾਮ ਲਾ ਸਕਦੇ ਹੋ ਵੀ ਇਹਨਾਂ ਨੇ ਕੋਈ ਸੱਤਾ ਹਥਲ ਕਰਨੀ ਹੋਵੇ ਜਦੋਂ ਇਹਨਾਂ ਦੇ ਆਪਣੇ ਲੀਡਰ ਘਰ ਦੇ ਮੈਂਬਰ ਸੁਰਿੰਦਰ ਕੌਰ ਬਾਦਲ ਦਾ ਮਤਲਬ ਪੁੱਤ ਸੀ ਉਹ ਉਹਨੂੰ ਇਹਨਾਂ ਦੇ ਘਰ ਦੇ ਵੀ ਪਤਾ ਵੀ ਕਿੱਥੇ ਤੱਕ ਇਹਨਾਂ ਦੇ ਭਾਂਡੇ ਵੀ ਗਣ ਸਕਦਾ ਉਹ ਉਹ ਬੰਦੇ ਨੇ ਸਟੇਜ ਤੇ ਕਹਿ ਦਿੱਤਾ ਵੀ ਇਹਨਾਂ ਦੀ ਦੁਬਈ ਜਾ ਕੇ ਮਜੀਠੀਆ ਪਰਿਵਾਰ ਨੇ ਮੀਡੀਏਸ਼ਨ ਕਰਕੇ ਕੈਪਟਨ ਸਾਹਿਬ ਦੀ ਤੇ ਬਾਦਲ ਪਰਿਵਾਰ ਦੀ ਸਹਿਮਤੀ ਕਢਵਾਈ ਸੀ ਕਿ ਤੂੰ ਸਿਟੀ ਸੈਂਟਰ ਘਟਾਲਾ ਸਾਡਾ ਵਾਪਸ ਲੈ ਲੈ ਅਸੀਂ ਤੇਰਾ ਬਰਗਾੜੀ ਵਾਪਸ ਲੈ ਲਾਂਗੇ ਠੀਕ ਹੈ ਉਹਤਲੇ ਚੀਜ਼ ਤਾਂ ਹੁਣ ਆਨ ਰਿਕਾਰਡ ਆ ਗਈ ਹੈ ਤੇ ਲੀਡਰ ਆਗਰ왈 ਇਕਬਾਲ ਸਿੰਘ ਜੀ ਚਲੋ ਮੈਂ ਮੈਂ ਜਵਾਬ ਲੈ ਲੈਣਾ ਕਾਲੀਦਾ ਇਕਬਾਲ ਸਿੰਘ ਜੀ ਤੁਸੀਂ ਮਜੀਠੀਆ ਪਰਿਵਾਰ ਦਾ ਵਿੱਚ ਜ਼ਿਕਰ ਕਰ ਲਿਆ ਕਿਤੇ ਦੁਬਾਰਾ ਤਾਂ ਨਹੀਂ ਮਾਫੀ ਮੰਗ ਲਓ ਸਰ ਮਜੀਠੀਆ ਦਾ ਨਾਮ ਲੈ ਕੇ ਦੇਖੋ ਜੋ ਮਜੀਠੀਆ ਸਾਹਿਬ ਦੀ ਮਾਫੀ ਦੀ ਗੱਲ ਹੈ ਨਾ ਉਹ ਅੱਜ ਦੇ ਮਸਲੇ ਨਾਲ ਰਿਲੇਟ ਨਹੀਂ ਮੈਂ ਇਸ ਨੂੰ ਇਸ ਨੂੰ ਡਾਇਵਰਟ ਨਹੀਂ ਕਰ ਰਿਹਾ ਸਭ ਨੇ ਤੁਸੀਂ ਮਜੀਠੀਆ ਦਾ ਨਾਮ ਲੇਤਾ ਬਸ ਡਾਇਵਰਟ ਕਰਨ ਦੀ ਗੱਲ ਹੈ ਕਿ ਦੇਖੋ ਇਹ ਬੜਾ ਸੀਰੀਅਸ ਮਾਮਲਾ ਹੈ ਸਾਡੀ ਕੌਮ ਦਾ ਮਾਮਲਾ ਇਹਨੂੰ ਨਾ ਛੋਟੀ ਛੋਟੀ ਗੱਲਾਂ 'ਚ ਨਾ ਫਸਾਇਆ ਕਰੋ ਇਹ ਚਰਚੀ ਛੋਟੀ ਗੱਲ ਨਹੀਂ ਹੈਗੀ ਠੋਕ ਕੇ ਤੁਹਾਨੂੰ ਜਵਾਬ ਦਊਂਗਾ ਇੱਕਦਮ ਉਹਨਾਂ ਚ ਵੀ ਇਹਨਾਂ ਦੀ ਮਿਲੀਭੁਗਤ ਹੈ ਠੀਕ ਠੀਕ ਮਾਫੀ ਮੰਗਾਉਣ ਚ ਇਹਨਾਂ ਦੀ ਮਿਲੀਭੁਗਤ ਹੈ 15-15 ਦਿਨ ਦੀ ਹੈ ਡਾਟਾ ਪਾਉਂਦੇ ਸੀਗੇ ਅੱਛਾ ਇੰਜ ਹੀ ਮਿਲੀਭੁਗਤ ਠੀਕ ਠੀਕ ਹੈ ਮੈਂ ਮੈਂ ਇਸ਼ੂ ਇਸ਼ੂ ਨਹੀਂ ਮਿਲੀਭੁਗਤ ਸੀ ਉਹਦਾ ਚੀਕ ਹੈ ਮੈਂ ਇਸ਼ੂ ਤੋਂ ਨਹੀਂ ਪੜਦਾ ਮੈਂ ਤੰਗ ਕਰਨਾ ਉਹ ਗੱਲ ਠੀਕ ਹੈ ਇਕਬਾਲ ਸਿੰਘ ਵਾਪਸ ਆਊਗਾ ਚੰਦ ਸਿੰਘ ਵਿਰਾਟ ਤੁਹਾਡੇ ਆਪ ਦੇ ਬੰਦੇ ਇਹਨਾਂ ਨੇ ਤੁਹਾਡਾ ਤੁਹਾਡੇ ਲੀਡਰ ਦਾ ਨਾਮ ਲਿਆ ਉਹ ਕਹਿ ਰਿਹਾ ਹੈ ਕਿ ਤੁਹਾਡੇ ਚ ਆਪਸ ਸਹਿਮਤੀ ਹੋਈ ਹੈ ਦਵਾਈ ਵਿੱਚ ਹੋਈ ਹੈ ਆਮਾਦੀ ਪੜਜ ਇਲਜ਼ਾਮ ਹੈ ਚੰਦ ਸਿੰਘ ਵਿਰਾਟ ਦੇਖੋ ਮੇਰੀ ਇੱਕ ਬੇਨਤੀ ਆ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਦਾ ਵੈਸੇ ਤਾਂ ਕੋਈ ਜਵਾਬ ਦੇਣਾ ਬਣਦਾ ਨਹੀਂ ਪਰ ਜੇ ਓਪਨਲੀ ਇਹਨਾਂ ਨੇ ਗੱਲ ਬੁਲਾ ਰਹੇ ਨੇ ਕੀਤੀ ਹੈ ਤਾਂ ਮੈਨੂੰ ਦੇਣਾ ਹੀ ਪਊਗਾ ਸਾਡੀ ਤਾਂ ਪਾਰਟੀ ਦਾ ਉਹ ਚਲੋ ਲੀਡਰ ਸੀਗਾ ਉਹਦੇਦਾਰ ਸੀਗਾ ਕਿਸੇ ਵੇਲੇ ਤਾਂ ਉਹਨੇ ਅਲੀਗੇਸ਼ਨ ਲਾਇਆ ਤੁਹਾਡੀ ਪਾਰਟੀ ਦੇ ਤੁਹਾਡੇ ਸਾਬਕਾ ਪ੍ਰਧਾਨਾਂ ਨੇ ਲਾਇਆ ਸੋਚਾ ਸਿੰਘ ਛੋਟੇਪੁਰ ਨੇ ਕੀ ਕੀ ਅਲੀਗੇਸ਼ਨ ਲਾਏ ਸੀ ਕੈਦਰੀਵਾਲ ਤੇ ਗੁਰਪ੍ਰੀਤ ਸਿੰਘ ੁੱਗੀ ਜਿਹੜੇ ਜਿਹੜੇ ਵੜੈਤ ਸਾਹਿਬ ਹੈ ਉਹਨਾਂ ਨੇ ਕੀ ਕੀ ਲਾਏ ਸੀ ਮੇਰੇ ਢੁਕਾਇਆ ਇਹਨਾਂ ਨੇ ਤੁਸੀਂ ਉਹਨਾਂ ਦੇ ਟ੍ਰੈਪ ਚ ਪਸੇ ਆਪਾਂ ਇਹਨਾਂ ਨੂੰ ਰੋਕਿਆ ਪੈਸੂ ਦੇ ਪਟਕਾ ਜਾਵਾਂਗੇ ਇੱਕ ਵਾਰ ਇੱਕ ਵਾਰ ਇੱਕ ਵਾਰ ਬਿਚਾ ਬੋਲ ਮੈਂ ਮੈਂ ਵਿੱਚ ਬੋਲਿਆ ਨਹੀਂਗਾ ਇੱਕ ਵਾਰ ਇੱਕ ਮਿੰਟ ਵਿੱਚ ਨਾ ਬੋਲੋ ਵਿੱਚ ਨਾ ਬੋਲੋ ਇੱਕ ਵਾਰ ਸੇ ਕਹਦਾ ਇਹਦਾ ਨਾ ਕਰੋ ਮੈਂ ਤੁਹਾਨੂੰ ਪੂਰਾ ਮੌਕਾ ਦਊਗਾ ਇੱਕ ਵਾਰ ਸੇ ਹਾਂ ਮਿਸਟਰ ਬਰਾਡ ਬੋਲੋ ਮੈਂ ਇਹ ਕਹਿ ਰਿਹਾ ਹਾਂ ਕਿ ਇਹਨਾਂ ਦੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਰਹੇ ਕਮਰਪਾਲ ਸਿੰਘ ਸੰਧੂ ਸਾਹਿਬ ਹੈ ਸਭ ਨੇ ਲਾਇਆ ਕਿ ਇਹਨਾਂ ਨੇ ਟਿਕਟਾਂ ਤੱਕ ਵੇਚੀਆਂ ਬੀਬੀਆਂ ਤੱਕ ਦੀਆਂ ਬੇਪਤੀਆਂ ਕੀਤੀਆਂ ਤੇ ਤੁਸੀਂ ਤਾਂ ਸਾਡੇ ਇੱਕ ਇੱਕ ਬੰਦੇ ਦੀ ਗੱਲ ਕਰਦੇ ਹੋ ਜਦੋਂ ਪਾਰਟੀ ਤੋਂ ਰੁੱਸ ਜਾਂਦਾ ਨਾ ਉਦੋਂ ਬਹੁਤ ਕੁਝ ਐਲੀਗੇਸ਼ਨ ਲੱਗਦੇ ਆ ਮੈਂ ਇੱਕ ਬੇਨਤੀ ਕਰਦਾ ਤੁਸੀਂ ਖਾਰਜ ਕਰ ਦਿਓ ਉਹਨੇ ਮਿਸਟਰ ਕਾਂਗਰੇਸ ਦਾ ਸੌ ਫੀਸ ਦੀ ਝੂਠ ਹੈ ਜਿਹੜੇ ਜਿਹੜੇ ਬੋਲੇ ਹੀ ਝੂਠ ਹੈ ਉਹਦਾ ਕੀ ਤੁਸੀਂ ਖਾਰਜ ਕੀ ਹੋ ਬੋਲਣਾ ਨਹੀਂ ਬਣਦਾ ਪਹਿਲੀ ਗੱਲ ਇੱਕ ਗੱਲ ਹੈ ਦੂਜੀ ਗੱਲ ਮੈਂ ਇੱਕ ਬੇਨਤੀ ਕਰਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਜਿੱਥੇ ਮੁੱਦਾ ਹੋਵੇ ਉੱਥੇ ਤੁਸੀਂ ਪੋਲਿਟੀਕਲ ਗੱਲਾਂ ਵਿੱਚ ਕਿਉਂ ਡਾਉਨੇ ਹੋ ਤੁਸੀਂ ਪਹਿਲਾਂ ਜਿਹੜੀ ਗੱਲ ਦੇ ਤੱਥਾਂ ਦੇ ਆਧਾਰ ਤੇ ਆਪਾਂ ਇਹੀ ਗੱਲ ਤਾਂ ਕਰ ਲਓ ਨਾ ਅੱਜ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈ 4 1 2021 ਨੂੰ ਜਿਵੇਂ ਆ ਹੋਣ ਵਾਲੀ ਸਿੱਟ ਦੀ ਸਿੱਟ ਵੀ ਨਹੀਂ ਕਹੂੰਗਾ ਵਨ ਮੈਨ ਸ਼ੋਅ ਦੀ ਜਿਹੜੀ ਰਿਪੋਰਟ ਰੱਦ ਕੀਤੀ ਹੈ 4 1 2021 ਦੀ ਮਾਨਯੋਗ ਹਾਈ ਕੋਰਟ ਨੇ ਰੱਦ ਕੀਤੀ ਹੈ ਆ ਜਿਹੜਾ ਰਣਵੀਰ ਸਿੰਘ ਖੱਟੜਾ ਦੇ ਚਲਾਨ ਦਿੱਤਾ ਸੀਗਾ ਇਹ ਰੱਦ ਕੀਤੀ ਰਣਵੀਰ ਸਿੰਘ ਖੱਟੜਾ ਨੂੰ ਸਾਈਡ ਤੇ ਕੀਤਾ ਅੱਜ ਸਾਢੇ 3 ਮਹੀਨੇ ਹੋ ਗਏ ਕਾਂਗਰਸ ਪਾਰਟੀ ਤੋਂ ਮੈਂ ਸਵਾਲ ਪੁੱਛਦਾ ਹਾਂ ਸਾਢੇ 3 ਮਹੀਨਿਆਂ ਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਕੀ ਉਹਦੇ ਤੇ ਕਾਰਵਾਈ ਹੋਈ ਜਾਂ ਅੱਗੇ ਕੀ ਕਾਰਵਾਈ ਚੱਲੀ ਹੈ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਜਿਹੜਾ ਸਾਢੇ ਤੇ ਤਾਂ ਝੂਠੇ ਲਾਂਚਨ ਲਾਤੇ ਉਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨਾਂ ਨੇ ਇੱਕ ਰਣਨੀਤੀ ਤੇ ਤੈਅ ਸਾਢੇ ਤੇ ਜਿਹੜੇ ਝੂਠੇ ਇਲਜ਼ਾਮات ਲਾਏ ਸੀ ਪਰਮਾਤਮਾ ਦੇ ਘਰੇ ਦੇਰਾਂ ਅੰਧੇਰ ਨਹੀਂ ਹੁਣ ਅਸੀਂ ਹਿਸਾਬ ਮੰਗਾਂਗੇ ਕਿ ਤੁਸੀਂ 4 ਸਵਾ 4 ਸਾਲ ਹੋ ਗਿਆ ਹੁਣ ਇਹਨਾਂ ਦਾ ਸਾਫ ਦਿਓ ਨਾ ਫੜ ਕੇ ਅੰਦਰ ਦਿਓ ਜਿਹੜੇ ਸੀ ਠੀਕ ਠੀਕ ਮੈਂ ਵਾਪਸ ਸਮਾਂ 4 ਸਾਲ ਹੋ ਗਿਆ ਸਿਆਸਤ ਕਿਉਂ ਕਰੀ ਜਾਂਦੇ ਮੈਂ ਵਾਪਸ ਸਰ ਸਦੇਵ ਸਿੰਘ ਰੋਪੜ ਖਟੜਾ ਸਾਹਿਬ ਦੀ ਖਟੜਾ ਸਾਹਿਬ ਦੀ ਥਾਂ ਕਿਹਨੂੰ ਲਾਇਆ ਸਰ ਤੁਸੀਂ ਰੋਪੜ ਸਾਹਿਬ ਪਰਮਾਰ ਸਾਹਿਬ ਪਰਮਾਰ ਸਾਹਿਬ ਨੂੰ ਹਾਂ ਕੀ ਬਣਿਆ ਹੁਣ ਟਿੱਕਰ ਸਰ ਦੇਖੋ ਗੱਲ ਇਹ ਹੈ ਇਹ ਪਰਮਾਰ ਸਾਹਿਬ ਨੂੰ ਪੁੱਛਿਆ ਜਾ ਸਕਦਾ ਹੈ ਪਰਮਾਰ ਸਾਹਿਬ ਨੂੰ ਆਲਰੇਡੀ ਐਸਆਈਟੀ ਪਰਮਾਰ ਸਾਹਿਬ ਦੀ ਉਸ ਚ ਬਣਾ ਦਿੱਤੀ ਸੀਗੀ ਠੀਕ ਹੈ ਉਹ ਪਰਮਾਰ ਸਾਹਿਬ ਦੀ ਐਸਆਈਟੀ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਉਹਦਾ ਅੱਜ ਅੱਜ ਤਾਂ ਵਿਚਾਰ ਨਹੀਂ ਸੀ ਇਸ ਕਰਕੇ ਮੈਂ ਉਹਦੇ ਤੇ ਕੋਈ ਤਿਆਰੀ ਨਹੀਂ ਕਰਕੇ ਆਇਆ ਜਿੱਤੇ ਕਹੋਗੇ ਪ੍ਰਮਾਨ ਸਾਹਿਬ ਦੀ ਐਸਾਈਟ ਦੀ ਵੀ ਤਿਆਰੀ ਕਰਕੇ ਆਇਆ ਸੀ ਠੀਕ ਠੀਕ ਇੱਕ ਮਹੀਨਾ ਦੂਜੀ ਗੱਲ ਦੂਜੀ ਗੱਲ ਵੀ ਜਿਹੜੀ ਗੱਲ ਮੈਂ ਬਿਲਕੁਲ ਪ੍ਰਮਾਨ ਸਾਹਿਬ ਦੀ ਇਸ ਗੱਲ ਨਾਲ ਜ਼ਰੂਰ ਸਹਿਮਤ ਆ ਵੀ ਇਹ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਵੀ ਦਾ ਮਾਮਲਾ ਹੈ ਇਹਦੇ ਵਿੱਚ ਜਿਹੜੀ ਇਹ ਗੱਲ ਕਰਦੇ ਨੇ ਨਾ ਦਵਾਈ ਦੀ ਜਾਂ ਹੋਰ ਦੀ ਔਰ ਫਿਰ ਮਾਫੀ ਨੂੰ ਕਹਿੰਦੇ ਛੋਟਾ ਜਿਹਾ ਮਾਮਲਾ ਹੈ ਔਰ ਕੋਰਟ 'ਚ ਕਹਿੰਦੇ ਵੀ ਕੋਰਟ ਦੇ ਵਿੱਚ ਤਰੀਕਾ ਸਰਕਾਰ ਪਾ ਰਹੀ ਸੀ कोर्ट ਦਾ ਜੱਜ ਬੈਠਦਾ ਉਥੇ ਪੰਜਾਬ ਸਰਕਾਰ ਦੇ ਕਿਸੇ ਕਲਰਕ ਨੇ ਤਰੀਕ ਨਹੀਂ ਪਾਉਣੀ ਹੁੰਦੀ ਇਹ ਕਰਕੇ ਇਹ ਜਿਹੜੇ ਮਾਮਲੇ ਨੇ ਨਾ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਆਪ ਆਦਮੀ ਨੇ ਲੈ ਰਹੇ ਨੇ ਮੇਰੇ ਕਾਲ ਦੇ ਵਿੱਚ ਇੰਦਾ ਦੀ ਗੱਲ ਠੀਕ ਨਹੀਂ ਦੂਜੀ ਗੱਲ ਜਿਹੜੀ ਬ੍ਰਾਂਡ ਸਾਹਿਬ ਕਹਿੰਦੇ ਨੇ ਨਾ ਵੀ ਹਿਸਾਬ ਬਿਲਕੁਲ ਸਾਹਿਬ ਤੁਹਾਨੂੰ ਤੁਸੀਂ ਵੀ ਦਿੱਤਾ ਤੁਹਾਨੂੰ ਅੱਗੇ ਦੇਣਾ ਵੀ ਪੈਣਾ ਤੇ ਅਸੀਂ ਵੀ ਦੇਣਾ ਇਸ ਕੋਈ ਰੱਟਾ ਨਹੀਂ ਸਾਹਿਬ ਦੇਵਾਂਗੇ ਹਿਸਾਬ ਦੇ ਵਿੱਚ ਜੇ ਜਿਸ ਨੇ ਵੀ ਕਿਤੇ ਕਤਾਈ ਕੀਤੀ ਹੈ ਜਿਸ ਨੇ ਵੀ ਇਹਨੂੰ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚ ਪਾਉਣ ਦੀ ਕੋਣ ਕੋਈ ਕੋਸ਼ਿਸ਼ ਕਰੂਗਾ ਉਹਨੂੰ ਸਾਫ਼ ਦੇਣਾ ਹੀ ਪੈਣਾ ਠੀਕ ਹੈ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਉਂਗਾ ਜਗਮਨ ਸਿੰਘ ਪੱਟੀ ਇਹ ਕਾਨੂੰਨ ਦੇ ਮਾਹਰ ਹੈ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਾਨੂੰਨੀ ਨੁਕਤਾ ਕੀ ਹੈਗਾ ਸਿਆਸੀ ਨੁਕਤਾ ਇਹਨਾਂ ਸਾਰਨ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਾਪਸ ਆ ਰਹੇ ਹਾਂ ਬੇਅਦਬੀ ਨਾਲ ਜੁੜੇ ਕੇਸ ਨੂੰ ਹੁਣ ਜਨਤਾ ਦੀ ਕਚਹਿਰੀ 'ਚ ਕਿਵੇਂ ਪੇਸ਼ ਕਰੇਗੀ ਕੈਪਟਨ ਸਰਕਾਰ ਪੱਟੀ ਸਾਹਿਬ ਐਸਆਈਟੀ ਦੇ ਮੈਂਬਰ ਹੈ ਜਿਹੜੇ ਉਹ ਸਾਰੇ ਇਸ ਕਾਰਵਾਈ ਵਿੱਚ ਇਨਵੋਲਵ ਨਹੀਂ ਸੀ ਇਹ ਵਨ ਮੈਨ ਸ਼ੋਅ ਕਹਿ ਰਿਹਾ ਅਕਾਲੀ ਦਲ ਤੁਹਾਡੇ ਸਾਹਮਣੇ ਇੱਕ ਮਿਸਟਰ ਐਚਐਸ ਫੁਲਕਾ ਦੀ ਚਿੱਠੀ ਸਾਡੇ ਕੋਲ ਪਈ ਹੈ ਜਿਹੜੀ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਲਿਖੀ ਹੈ ਕਨਵਰਸਨ ਸਿੱਧੂ ਹਰਣ ਨੂੰ ਲਿਖੀ ਹੈ ਉਹ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਆ ਸਾਰੀ ਦੁਨੀਆ ਨੂੰ ਪਤਾ ਹੈ ਇਸ ਬਾਰੇ ਪੱਟੀ ਸਾਹਿਬ ਕੀ ਉਹਨਾਂ ਨੇ ਸਹੀ ਕਿਹਾ ਕਿ ਐਸਟੀਡੀ ਦੀ ਕਾਰਗੁਜ਼ਾਰੀ ਬਾਰੇ ਜਾਂਚ ਹੋਣੀ ਚਾਹੀਦੀ ਹੈ ਕਿੰਨੇ ਨੇ ਕਿਹਾ ਮਿਸਟਰ ਫੁਲਕ ਮਿਸਟਰ ਫੁਲਕਾ ਨੇ ਐਚਐਸ ਫੁਲਕਾ ਨੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਜਾਂਚ ਹੋਣੀ ਚਾਹੀਦੀ ਹੈ ਪਹਿਲੀ ਚੀਜ਼ ਦੂਜੀ ਚੀਜ਼ ਇਹ ਮੈਂ ਕਹਾਂਗਾ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਹਦੇ ਨਾਲ ਇਵਨ ਕੋਰਟ ਵੀ ਨਹੀਂ ਇੰਟਰਫੇਅਰ ਕਰ ਸਕਦੀ ਸੁਪਰੀਮ ਕੋਰਟ ਦੇ ਕਈ ਜੱਜਮੈਂਟ ਇਸ ਤੇ ਅਵੇਲੇਬਲ ਨੇ ਜਿਹਦੇ ਮੁਤਾਬਕ ਜਦੋਂ ਵੀ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ ਉਹਨੂੰ ਇੰਟਰਫੇਅਰ ਨਹੀਂ ਕੀਤਾ ਜਾ ਸਕਦਾ ਸਾਡੀ ਆਪਣੀ ਹਾਈ ਕੋਰਟ ਦੀਆਂ ਵੀ ਇਹ ਬੜੀਆਂ ਜੱਜਮੈਂਟਾਂ ਨੇ ਹੁਣ ਸਾਡੇ ਐਡਵੋਕੇਟ ਜਨਰਲ ਅਟਲ ਨੰਦਾ ਜਿਹੜੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਇਸ ਕੇਸ ਨੂੰ ਕਿਵੇਂ ਫਲੀਟ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਜੱਜਮੈਂਟ ਆਉਣ ਤੇ ਪਤਾ ਲੱਗ ਜਾਏਗਾ ਕਰੋੜਾਂ ਰੁਪਏ ਖਰਚ ਕਰਕੇ ਜੇ ਇਹਦਾ ਰਿਜ਼ਲਟ ਇਹ ਹੀ ਨਿਕਲਣਾ ਸੀ ਤੇ ਫੇਰ ਇਹ ਕਰੋੜਾਂ ਰੁਪਏ ਖਰਚ ਕਰਨ ਦਾ ਕੀ ਫਾਇਦਾ ਸੀ ਤੇ ਜਿਹੜੀ ਐਨੇ ਵਕੀਲਾਂ ਨੂੰ ਬਾਹਰੋਂ امداد ਦਿੱਤੀ ਗਈ ਔਰ ਉਹਨਾਂ ਨੂੰ ਲਿਆਂਦਾ ਗਿਆ ਕਰੋੜਾਂ ਰੁਪਏ ਖਰਚ ਕਰਕੇ ਪੰਜਾਬ ਦੇ ਖਜ਼ਾਨੇ ਉੱਤੇ ਬੋਝ ਪਾਇਆ ਗਿਆ ਜਿਹੜਾ ਮਰਿਆ ਹੋਇਆ ਖਜ਼ਾਨਾ ਅੱਗੇ ਹੈ ਉਹਦੇ ਉੱਤੇ ਬੋਝ ਪਾਇਆ ਗਿਆ ਤੇ ਇਹ ਕੋਈ ਮੇਰਾ ਖਿਆਲ ਹੈ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਸੀ ਦੂਜੀ ਚੀਜ਼ ਇਹ ਹੈ ਜੇ ਇਹ ਜੱਜਮੈਂਟ ਵਿਦ ਕੰਸੈਂਸਸ ਹੈ ਜੇ ਮਿਲੀ ਭੁਗਤ ਲਈ ਜੱਜਮੈਂਟ ਹੈ ਫੇਰੇ ਸਭ ਤੋਂ ਮੰਦਭਾਗੀ ਘਟਨਾ ਕਿਉਂਕਿ ਲੋਕਾਂ ਦੀ ਵਿਦ ਕੰਸੈਂਸਸ ਕਿਵੇਂ ਕਹਿ ਸਕਦੇ ਆ ਵਿਦ ਕੰਸੈਂਸਸ ਸਮਝਾ ਦਿਓ ਨਾ ਥੋੜਾ ਜਿਹਾ ਵਿਦ ਕੰਸੈਂਸਸ ਇਸ ਤਰ੍ਹਾਂ ਕਹਿ ਸਕਦੇ ਆ ਇਸ ਨੂੰ ਅਸੀਂ ਬਈ ਜਦੋਂ ਇਹਦੇ ਵਿੱਚ ਜੋ ਵੀ ਜਜਮੈਂਟ ਸੀ ਉਹਦੇ ਵਿੱਚ ਪੁੱਛਿਆ ਗਿਆ ਦੋਨਾਂ ਪਾਰਟੀਆਂ ਨੂੰ ਵੀ ਤੁਸੀਂ ਦੋਸੋ ਜੀ ਤੁਸੀਂ ਕੀ ਕਰਨਾ ਹੈ ਇਹਦੇ ਉੱਤੇ ਕੋਰਟ ਨੇ ਪੁੱਛਿਆ ਹੋਏਗਾ ਜ਼ਰੂਰ ਸਵਾਲ ਪੁੱਛਿਆ ਹੋਏਗਾ ਆਪਸ਼ਨ ਦਿੱਤੀਆਂ ਕੋਰਟ ਨੇ ਆਪਸ਼ਨ ਦਿੱਤੀਆਂ ਹੁਣ ਕੋਰਟ ਨੇ ਆਪਸ਼ਨ ਦਿੱਤੀਆਂ ਹੋਣਗੀਆਂ ਇਹਦੇ ਵਿੱਚ ਤਾਂ ਫਿਰ ਉਸ ਆਪਸ਼ਨ ਨੂੰ ਚੂਜ਼ ਕਰਨਾ ਜਿਹੜਾ ਇਹਨਾਂ ਨੂੰ ਕਿਹੜੀ ਸੂਟ ਬੰਦੀ ਹੈ ਕਿਹੜੀ ਨਹੀਂ ਪੈਂਦੀ ਉਹਦੇ ਮਸਾਬਾਕਾ ਇਹਨਾਂ ਨੇ ਦਿੱਤੀ ਹੋਈ ਐਸਟੀ ਨਵੀਂ ਬਣਾਉਣ ਬਾਰੇ ਇਹਨਾਂ ਨੇ ਆਪਸ਼ਨ ਚੂਜ਼ ਕਰ ਲਈਏ ਇਹ ਤੁਸੀਂ ਕਹਿਣਾ ਚਾ ਰਹੇ ਹੋ ਬਿਲਕੁਲ ਹਾਂ ਸਿੱਧਾ ਕਹੋ ਨਾ ਸਿੱਧਾ ਕਹੋ ਨਹੀਂ ਕਹਿੰਦੇ ਪਏ ਬਿਲਕੁਲ ਮੈਂ ਇਹੀ ਕਹਿ ਰਿਹਾ ਵੀ ਇਹਨਾਂ ਨੇ ਚੂਜ਼ ਕਰ ਲਈ ਹੈ ਅਦਰਵਾਈਜ਼ ਕੁਮਰ ਪ੍ਰਤਾਪ ਸਿੰਘ ਜਿਹੜੇ ਸਿੱਟ ਦੇ ਹੈਡ ਸੀਗੇ ਉਹਨਾਂ ਨੂੰ ਹਟਾਉਣ ਦਾ ਕੋਈ ਫਾਇਦਾ ਨਹੀਂ ਸੀਗਾ ਤੁਸੀਂ ਇਹ ਦੇਖੋ ਇਹਨਾਂ ਨੇ ਸਿੱਟ ਦਾ ਜਿਹੜਾ ਹੈਡ ਸੀਗਾ ਇੱਕ ਹੋਰ ਹਰਪ੍ਰੀਤ ਸਿੰਘ ਸੰਧੂ ਸਿੱਧੂ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੂੰ ਵੀ ਹਟਾਇਆ ਇਹਨਾਂ ਨੇ ਇਹ ਕਿਉਂ ਠਾਇਆ ਇਹ ਕਿਸ ਵਜ੍ਹਾ ਕਰਕੇ ਹਟਾਇਆ ਕਿ ਇਹ ਇਹ ਸਰਕਾਰ ਨਹੀਂ ਚਾਹਦੀ ਕਿ ਪੰਜਾਬ ਦੇ ਲੋਕਾਂ ਨੂੰ ਨਿਆਂ ਮਿਲੇ ਕਿ ਇਹ ਮਿਲੀ ਭੁਗਤ ਹੈ ਕਿ ਇਹ ਸਰਕਾਰੀ ਕਾਨੂੰਨੀ ਨੁਕਤਾ ਦੱਸੋ ਨਾ ਪੱਟੀ ਸਾਹਿਬ ਇਹ 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 ਤਾਂ ਸਿਆਸਤ ਹੈ ਨਾ ਇਹ ਸਿਆਸਤ ਇਲਜ਼ਾਮ ਲਾਈ ਜਾਂਦੀ ਅਕਬਾਲ ਸਿੰਘ ਅੱਗੇ ਬੈਠੇ ਉਹ ਵੀ ਇਹੀ ਗੱਲ ਕਹਿ ਰਹੇ ਤੁਸੀਂ ਉਹੀ ਗੱਲ ਕਹਿ ਰਹੇ ਮੈਨੂੰ ਕਾਨੂੰਨੀ ਨੁਕਤਾ ਸਮਝਾਓ ਨਾ ਪੱਟੀ ਸਾਹਿਬ ਹੁਣ ਰਾਹ ਕਿਹਾਗਾ ਸਰਕਾਰ ਕੋਲੇ ਰਾਹ ਕਿਹਾਗਾ ਸਰਕਾਰ ਕੋਲ ਕੋਈ ਰਾਹ ਨਹੀਂ ਅਸਲ ਵਿੱਚ ਕਿਉਂਕਿ ਸਰਕਾਰ ਜਿਹੜੀ ਹੈ ਕਾਨੂੰਨੀ ਲੜਾਈ ਜਿਹੜੀ ਹੈ ਹਾਰ ਚੁੱਕੀ ਹੈ ਇਸ ਨੂੰ ਠੀਕ ਤਰ੍ਹਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂ ਨਹੀਂ ਕੀਤਾ ਇਹ ਹਾਈ ਕੋਰਟ ਦੀ ਜੱਜਮੈਂਟ ਆ ਤੁਸੀ ਐਡਵੋਕੇਟ ਜਰਨਲ ਦੀ ਟੀਮ ਸੇ ਸਵਾਲ ਚੁੱਕ ਰਹੇ ਹੋ ਐਡਵੋਕੇਟ ਜਰਨਲ ਦੀ ਟੀਮ ਤੇ ਮੈਂ ਸਵਾਲ ਨਹੀਂ ਚੁੱਕ ਰਿਹਾ ਬੜੀ ਦੁਨੀਆ ਨੇ ਚੁੱਕ ਦਿੱਤੇ ਨੇ ਇਸ ਤੇ ਸਵਾਲ ਔਰ ਐਡਵੋਕੇਟ ਜਰਨਲ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਤੱਥ ਕੀ ਨੇ ਸਾਰਵਜਨਿਕ ਨਹੀਂ ਕੀਤੇ ਗਏ ਅਜੇ ਤੱਕ ਸਹੀ ਠੀਕ ਠੀਕ ਮੈਂ ਵਾਪਸ ਆਉਂਗਾ ਹਾਂ ਮਿਸਟਰ ਬਰਾੜ ਦੇਖੋ ਮੈਂ ਦੋ ਗੱਲਾਂ ਆਇਆ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦਿਆਂ ਮੈਂ ਹਲੇ ਤੱਕ ਇਸ ਚੀਜ਼ ਚ ਕਨਫਿਊਜ਼ ਐ ਜਿੰਨੀ ਕੁ ਮੈਂ ਆ ਕੇ ਡਿਬੇਟ ਥੋੜਾ ਜਿਹਾ ਲੇਟ ਜੋਇਨ ਕੋ ਨਹੀਂ ਕੀਤਾ ਮਾਫੀ ਚਾਹੂੰਗਾ ਕਿ ਇਹ ਡਿਬੇਟ ਬੇਅਦਬੀ ਤੇ ਐ ਜਾਂ ਜਿਹੜਾ ਫਾਇਰਿੰਗ ਕੇਸ ਐ ਗੋਲੀकांड ਆ ਉਹਦੇ ਤੇ ਐ ਮੈਨੂੰ ਇੱਕ ਇੰਨਾ ਕੁ ਸਪਸ਼ਟ ਕਰਨਾ ਸਾਰੇ ਕੇਸਾਂ ਤੇ ਅਸਰ ਸਾਰੇ ਕੇਸਾਂ ਨਾਲ ਜੁੜੇ ਸਾਰੇ ਕੇਸਾਂ ਤੇ ਮੈਂ ਇੱਕ ਬੇਨਤੀ ਕਰਦਿਆਂ ਜਿਹੜੀ ਤਾਂ ਹੈਗੀ ਆ ਕੁਮਰ ਵਿਜੇ ਪ੍ਰਤਾਪ ਦਾ ਨਾਮ ਲੈ ਰਹੇ ਹੁਣੇ ਭੱਟੀ ਸਾਹਿਬ ਲੈ ਰਹੇ ਸੀ ਉਹ ਕਿਸੇ ਸੱਟ ਦਾ ਚੇਅਰਮੈਨ ਨਹੀਂ ਸੀਗਾ ਉਹਦੀ ਸੱਟ ਦਾ ਚੇਅਰਮੈਨ ਪ੍ਰਬੋਧ ਕੁਮਾਰ ਏ ਡੀ ਜੀ ਪੀ ਸੀ ਠੀਕ 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 ਔਰ ਇਹ ਤੀਜੇ ਨੰਬਰ ਦਾ ਇੱਕ ਅਪਸਰ ਸੀਗਾ ਉਸ 55 ਜਣਿਆਂ ਦੀ ਸੱਟ ਦੇ ਵਿੱਚ ਚਾਰਾਂ ਮੈਂਬਰਾਂ ਨੇ ਡੀ ਜੀ ਪੀ ਨੂੰ ਲਿਖ ਕੇ ਦੇਤਾ ਕਿ ਇਹ ਸਾਡੇ ਨਾਲ ਸਲਾਹ ਨਹੀਂ ਕਰਦਾ ਇਹ ਸਾਡੂੰ ਕੋਈ ਜਾਂਚ ਦਿਖਾਉਂਦਾ ਨਹੀਂ ਤੇ ਅਸੀਂ ਇਹਦੇ ਨਾਲ ਕੰਮ ਨਹੀਂ ਕਰ ਸਕਦੇ ਵਰਨਾ ਇਹ ਕੋਈ ਸੱਟ ਦਾ ਚੇਅਰਮੈਨ ਨਹੀਂ ਸੀ ਵਨ ਮੈਨ ਸ਼ੋ ਸੀਗਾ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰ ਦਿਆਂ ਇਹ ਖਾਸ ਕਰਕੇ ਦੁਬਾਰੇ ਦੁਹਰਾ ਦਿਆਂ ਮੈਂ ਸਵਾ ਚਾਰ ਸਾਲ ਦਾ ਇਕੱਲੇ ਗੋਲੀ ਕਾਂਡ ਦਾ ਕੁਮਰ ਵਿਜੇ ਪ੍ਰਤਾਪ ਜਿਹੜਾ ਸੀਗਾ ਇਹ ਇਨਕੁਆਰੀ ਕਰ ਰਿਹਾ ਬੇਅਦਬੀ ਦੇ ਕੇਸਾਂ ਨਾਲ ਕੁਮਰ ਵਿਜੇ ਪ੍ਰਤਾਪ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਕੋੜਪੁਰਾ ਗੋਲੀकांड ਤੇ ਬਹਿਬਲ ਕਲਾ ਗੋਲੀकांड ਇਹ ਕੱਲੇ ਗੋਲੀकांड ਦਾ ਕਰ ਰਿਆ ਸੀ ਬੇਅਦਬੀ ਦੇ ਕੇਸਾਂ ਨਾਲ ਗੁਰੂ ਸਾਹਿਬ ਦੇ ਨਾਲ ਇਹਦੀ ਜਾਂਚ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਹਿਲੀ ਗੱਲ ਮੈਂ ਇੱਕ ਸਪਸ਼ਟ ਕਰ ਦਿਆਂ ਦੂਜੀ ਮੈਂ ਬੇਨਤੀ ਕਰ ਦਿਆਂ ਮੈਂ ਜਿੱਥੋਂ ਜਾਂਚ ਦੀ ਆ ਕੇ ਬੇਅਦਬੀ ਦੀ ਗੱਲ ਹੀ ਕੀਤੀ ਸੀ ਇੱਕ ਅੱਧਾ ਮਿੰਟ ਮੈਨੂੰ ਦੇ ਦਿਓ ਸਾਰੇ ਬੀਅਰ ਕਰ ਲੈਣ ਮੈਂ ਤੁਹਾਨੂੰ ਜਿਹੜਾ ਐਪੀਸੋਡ ਹੋਇਆ ਸੀ ਉਹਦੇ ਤੋਂ ਸ਼ੁਰੂ ਕਰੂੰਗਾ ਕਿ 12 ਅਕਤੂਬਰ ਨੂੰ ਜਦੋਂ ਅੰਗ ਖਿਲਾਰੇ ਜਾਂਦੇ ਆ ਉਸ ਤੋਂ ਬਾਅਦ ਉੱਥੇ ਐਫ ਆਈ ਆਰ ਹੋ ਜਾਂਦੀ ਹੈ ਇਹ ਸਾਰਾ ਕੁਝ ਤੁਹਾਡੇ ਸਾਹਮਣੇ 21 ਤਰੀਕ ਨੂੰ ਜਾਖੜ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਛੋਟੇਪਰ ਸਾਹਿਬ ਵੱਖਰੇ ਵੱਖਰੇ ਵਫਦ ਲੈ ਕੇ ਮਿਲਦੇ ਆ ਕਿ ਇਹ ਜਿਹੜੀ ਜਾਂਚ ਹੈ ਇਹ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਈ ਜਾਵੇ ਪ੍ਰਤਾਪ ਸਿੰਘ ਬਾਜਵਾ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਹੈ 22 ਤਰੀਕ ਨੂੰ ਉਹ ਪ੍ਰੈਸ ਕਾਨਫਰੰਸ ਕਰਦੇ ਆ 22 ਤਰੀਕ ਨੂੰ ਕੈਪਟਨ ਵਰਿੰਦਰ ਸਿੰਘ ਵੱਖਰੀ ਪ੍ਰੈਸ ਕਾਨਫਰੰਸ ਕਰਦੇ ਆ ਕਿ ਪੁਲਿਸ ਦੀ ਜਾਂਚ ਤੇ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਹੈ ਇੱਥੇ ਗੱਲ ਰੁਕਦੀ ਨਹੀਂ ਹੈ ਅੱਗੇ ਵੀ ਚਲੀ ਜਾਂਦੀ ਹੈ ਅੱਗੇ 24 ਤਰੀਕ ਨੂੰ ਜਿਹੜੇ ਉਹ ਦੋ ਲੜਕੇ ਫੜੇ ਜਾਂਦੇ ਆ ਉਹਨਾਂ ਦੇ ਪੇਰੈਂਟਸ ਵੀ ਆ ਕੇ ਦੂਜਾ ਗਵਰਨਰ ਸਾਹਿਬ ਨੂੰ ਮਿਲਦੇ ਆ ਕਿ ਜਾਂਚ ਜਿਹੜੀ ਹੈ ਉਹ ਹਾਈ ਸੁਪਰੀਮ ਕੋਰਟ ਦੇ ਜੱਜ ਤੋਂ ਜਾਂ ਸੀਬੀਆਈ ਤੋਂ ਕਰਾਈ ਜਾਵੇ 24 ਤਰੀਕ ਨੂੰ ਫਿਰ ਬਾਜਵਾ ਸਾਹਿਬ ਜਿਹੜੀ ਆ ਪ੍ਰੈਸ ਕਾਨਫਰੰਸ ਕਰਦੇ ਆ ਉਹਨਾਂ ਮੁੰਡਿਆਂ ਦੀ ਗੱਲ ਕਰ ਰਹੇ ਪੰਜ ਗਰਾਂਈ ਵਾਲੇ ਜਾਂਚ ਦੀ ਗੱਲ ਕਰ ਰਹੇ ਪੰਜ ਗਰਾਂਈ ਵਾਲੇ ਮੁੰਡੇ ਦੀ ਗੱਲ ਕਰ ਰਹੇ ਮੈਂ ਉਸੇ ਦੀ ਕਿਉਂਕਿ ਬੇਅਦਬੀ ਕੇਸ ਹੀ ਫੜੇਗੇ ਜੀ 24 ਤਰੀਕ ਨੂੰ ਬਾਜਵਾ ਸਾਹਿਬ ਫਿਰ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ ਬੀਆਰਬੀ ਮਾਮਲੇ 'ਚ ਫੇਰ ਫੇਰ ਸਤਾਈ ਨੂੰ ਫੇਰ ਕਰਦੇ ਆ ਤੇ ਇੱਕ ਤਰੀਕ ਨੂੰ ਇਸ ਇਹਦੇ ਦੌਰਾਨ ਸਾਰੀਆਂ ਪੰਥਕ ਜਥੇਬੰਦੀਆਂ ਵੀ ਕਰਦੇ ਆ ਇੱਕ ਤਰੀਕ ਨੂੰ ਜਿਹੜੀ ਜਾਂਚ ਆ ਉਹ ਸੀਬੀਆਈ ਨੂੰ ਚਲੀ ਜਾਂਦੀ ਹੈ ਇੱਕ ਦਾ ਐਧਾ ਮਿੰਟ ਦੇ ਦਿਓ ਕਿਉਂਕਿ ਬੜੀ ਇਹਦੇ 'ਚ ਗੱਲ ਬੜੀ ਜ਼ਰੂਰੀ ਹੈ ਹੁਣ ਅੱਜ ਕਹਿੰਦੇ ਆ ਵੀ ਇਹਨਾਂ ਨੇ ਸੀਬੀਆਈ ਨੂੰ ਦਿੱਤੀ ਇਹਨਾਂ ਦੇ ਭਾਈ ਵਾਲਾਂ ਦੀ ਸਰਕਾਰ ਸੀ ਇਹਨਾਂ ਨੇ ਡਿਲੇ ਕਰਾਤਾ ਫਲਾਣਾ ਝੋਕਾ ਇਹ ਇਹਨਾਂ ਦੇ ਕਹਿਣ ਤੇ ਤੇ ਸਮੂਹ ਪੰਥਕ ਜਥੇ ਜਥੇਬੰਦੀਆਂ ਜਾਂ ਖោਤੀ ਪੰਥਕ ਜਥੇਬੰਦੀਆਂ ਦੇ ਪ੍ਰੈਸ਼ਰ ਪਾਉਣ ਤੇ ਸੀਬੀਆਈ ਨੂੰ ਦਿੱਤੀ ਸੀ ਉਲਟਾ ਇਹਨਾਂ ਨੇ ਕਿਹਾ ਕਿ 1 3 3 ਤਰੀਕ ਨੂੰ ਕਹਿੰਦੇ ਆ ਕੈਪਟਨ ਸਲੇਮਜ਼ ਲਿਮਟਿਡ ਸਕੂਪ ਆਫ ਸੀਬੀਆਈ ਕੈਪਟਨ ਸਾਹਿਬ ਕਹਿਣ ਲੱਗੇ ਕਿ ਗੋਲੀ ਕਾਂਡ ਵਾਲਾ ਵੀ ਕਿਉਂ ਨਹੀਂ ਦਿੱਤਾ ਅੱਧੀ ਕਿਉਂ ਦਿੱਤੀ ਐ ਇੱਥੇ ਗੱਲ ਰੁਕੀ ਨਹੀਂ ਐ ਮੈਂ ਅਖੀਰਲੀ ਗੱਲ ਤੇ ਲੈ ਜਾਣਾ ਰਾਹੁਲ ਗਾਂਧੀ ਸਾਹਿਬ ਆਏ ਜਿਹੜੇ ਸ਼ਹੀਦ ਹੋ ਗਏ ਸੀ ਉਸ ਦਿਨ ਵੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਓ ਉਸ ਤੋਂ ਬਾਅਦ ਅਖੀਰਲੀ ਮੈਂ ਗੱਲ ਪੇਸ਼ ਕਰਦਿਆਂ ਸਿਰਫ ਕਿ ਆ ਰਾਸ਼ਟਰਪਤੀ ਸਾਹਿਬ ਉਸ ਵੇਲੇ ਦੇ ਪ੍ਰਣਾਮ ਮੁਖਰਜੀ ਸਾਹਿਬ ਨੂੰ ਰਾਹੁਲ ਗਾਂਧੀ ਸਾਹਿਬ ਤੇ ਸਮੁੱਚੀ ਕਾਂਗਰਸ ਜਾ ਕੇ ਮਿਲਦੀ ਐ ਕਿ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਓ ਤਾਂ ਕਿ ਦੁੱਧਾ ਤੇ ਉੱਤੇ ਪਾਣੀ ਦਾ ਪਾਣੀ ਹੋ ਜੇ ਇੱਕ ਲਾਸਟ ਮੈਂ ਗੱਲ ਕਹੂੰਗਾ ਕਿ ਅਸੀਂ ਜਦੋਂ सीबीआई ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਉਦੋਂ ਸਿੱਟਾਂ ਦੇ ਉੱਤੇ ਉਂਗਲਾਂ ਉੱਠੜੀਆਂ ਅਸੀਂ ਇੱਕ ਮਤਾ ਲੈਂਦਾ ਸੀ ਕੇਬੀ ਜੀ 5 8 2019 ਨੂੰ ਵਿਧਾਨ ਸਭਾ ਚ ਪੰਜਾਬ ਵਿਧਾਨ ਸਭਾ ਦਾ ਪਵਿੱਤਰ ਸਦਨ ਸਰਬਸੰਮਤੀ ਨਾਲ ਮੰਗ ਕਰਦਾ ਹੈ ਕਿ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤੇ ਉਸ ਨਾਲ ਸੰਬੰਧਿਤ ਸਾਰੀਆਂ ਘਟਨਾਵਾਂ ਦੀ ਜਾਂਚ ਦੇਸ਼ ਦੀ ਸਰਵੋੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਜਾਂ ਸੁਪਰੀਮ ਕੋਰਟ ਦੀ ਦੇਖਰੇਖ ਕਰਵਾਈ ਜਾਵੇ ਜੇ 5 8 ਦੀ ਵੀ ਸੁਪਰੀਮ ਕੋਰਟ ਨੂੰ ਦਿੱਤੀ ਹੁੰਦੀ ਤਾਂ ਜੇ ਕੋਈ ਸਾਡੀ ਗਲਤੀ ਹੁੰਦੀ ਅਸੀਂ ਬਚ ਜਾਂਦੇ ਇਸ ਕਰਕੇ ਇਹਨਾਂ ਨੇ ਸਿਆਸਤ ਕਰਨੀਆਂ ਸਿਰਫ ਤੇ ਸਿਰਫ ਪਹਿਲਾਂ ਲੋਕ ਸਭਾ ਦੇ ਇਲੈਕਸ਼ਨ ਵੇਲੇ ਇਹੀ ਕਿਸ ਕੀਤਾ ਹੁਣ ਵਿਧਾਨ ਸਭਾ ਦਾ ਇਲੈਕਸ਼ਨ ਆ ਗਿਆ ਤਾਂ ਹੁਣ ਕਰਨਗੇ ਪਰ 4 ਸਵਾ 4 ਸਾਲ ਦੀ ਸਿਰਫ ਤੇ ਸਿਰਫ ਇਹਦੇ ਤੇ ਸਿਆਸਤ ਹੋ ਰਹੀ ਹੈ ਜਿਹੜੀ ਬਹੁਤ ਮੰਦ ਭਾਗੀ ਗੱਲ ਹੈ ਇਕਬਾਲ ਸਿੰਘ ਜਿਹੜੇ ਚੰਦ ਸਿੰਘ ਬਰਾੜ ਨੇ ਸਾਰੇ ਡਾਕੂਮੈਂਟਸ ਦਿਖਾਏ ਐ ਅਖਬਾਰਾਂ ਦੀ ਕਟਿੰਗਸ ਦਿਖਾਈਆਂ ਉਹਦੇ ਵਿੱਚ ਕਾਂਗਰਸ ਲੀਡਰਾਂ ਦੇ ਵੱਡੇ ਵੱਡੇ ਬਿਆਨ ਐ ਜਿਹੜਾ ਪਰਿਵਾਰ ਸ਼ਹੀਦ ਹੁੰਦਾ ਉਹਨਾਂ ਦੇ ਉਹਨਾਂ ਦੇ ਘਰ ਜਾਂਦੇ ਆ ਇਹ ਪੀੜਤ ਪਰਿਵਾਰ ਦੇ ਘਰ ਉੱਥੇ ਜਾ ਕੇ ਵੀ ਇਹੋ ਜਿਹੇ ਬਿਆਨ ਇਕਬਾਲ ਸਿੰਘ ਇਹ ਕਹਿੰਦੇ ਵੀ ਇਹਨਾਂ ਸਾਰਿਆਂ ਨੇ ਸਿਆਸਤ ਕੀਤੀ ਐ ਤੁਸੀਂ ਕਾਂਗਰਸ ਤੇ ਵੀ ਇਹ ਸਵਾਲ ਚੁੱਕਦੇ ਹੋ ਕਿ ਇਹਨਾਂ ਨੇ ਸੀਬੀਆਈ ਜਾਂਚ ਵਾਲੇ ਨੂੰ ਤੋੜਿਆ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਵੀ ਇਹਨਾਂ ਨੇ ਜਾਣ ਬੁੱਝ ਕੇ ਦਿੱਤੀ ਐ ਤੁਸੀਂ ਵੀ ਇਸ ਨਾਲ ਇਤਫਾਕ ਰੱਖਦੇ ਹੋ ਇਕਬਾਲ ਸਿੰਘ ਨਿੱਕੇ ਪੀ ਸਿੰਘ ਗੱਲ ਇਹ ਹੈ ਪਹਿਲਾਂ ਆਪਾਂ ਨੂੰ ਇਹ ਨਾ ਮੈਟਰ ਸਮਝਣਾ ਪਊਗਾ ਦੇਖੋ ਜਿਹੜਾ ਸੀਬੀਆਈ ਦਾ ਕੇਸ ਆ ਉਹ ਕੱਲਾ ਬੇਅਦਬੀ ਦਾ ਉਹ ਬੇਅਦਬੀ ਕੇਸ ਚਾ ਦੋਸ਼ੀ ਅੰਦਰ ਵੀ ਹੈਗੇ ਮਨਿੰਦਰਪਾਲ ਬਿੱਟੂ ਜਿਹੜਾ ਮੁੱਖ ਦੋਸ਼ੀ ਸੀ ਉਹਦੀ ਮੌਤ ਵੀ ਹੋ ਚੁੱਕੀ ਉਹਨੂੰ ਤੁਸੀਂ ਸਾਈਡ ਤੇ ਰੱਖੋ ਉਹਨੂੰ ਇਹਦੇ ਵਿੱਚ ਨਾਲ ਜਾਓ ਗੋਲੀ ਕਾਂਡ ਦੀ ਗੱਲ ਕਰੋ ਸਿਰਫ ਨਹੀਂ ਜਿਹੜਾ ਗਵਾਹ ਇੱਕ ਬਾਲ ਸੇ ਇੱਕ ਬਾਲ ਸੇ ਇੱਕ ਬਾਲ ਸੇ ਇੱਕ ਮੋੜੇ ਇੱਕ ਮੋੜੇ ਇੱਕ ਬਾਲ ਸੇ ਦੇਖੋ ਹਾਂ ਇਹ ਸਾਰੇ ਮਾਮਲੇ ਆਪਸ ਜੁੜੇ ਹੋਏ ਆ ਸਰ ਮੈਂ ਇਹਨਾਂ ਨੂੰ ਵਾਕਵਾ ਕਰਕੇ ਨਹੀਂ ਦੇਖ ਸਕਦਾ ਤੁਸੀਂ ਦੇਖ ਲਓ ਸਰ ਤੁਸੀਂ ਪੋਲਿਟਿਕਸ ਕਰਨੀ ਹੈ ਤੁਸੀਂ ਦੇਖ ਲਓ ਇਹਨੂੰ ਵਾਕਵਾ ਕਰਕੇ ਮੈਂ ਇਹਨੂੰ ਵਾਕਵਾ ਕਰਕੇ ਨਹੀਂ ਇੱਕ ਹੁਣ ਸਰ ਇਹ ਸਾਰੇ ਮਾਮਲੇ ਗੁੰਝਲਦਾਰ ਹੋਇਆ ਇਹ ਸਰ ਕਰੇ ਕਲਾ ਕੁਮਰ ਵਿਜੇ ਇੱਕ ਮਿੰਟ ਇੱਕ ਮਿੰਟ ਪਲੀਜ਼ ਇਕਬਾਲ ਸਿੰਘ ਇਹ ਕਲਾ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਡਿਬੇਟ ਨਹੀਂ ਹੈਗੀ ਸਰ ਇਕਬਾਲ ਸਿੰਘ ਜੀ ਇਹ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਸਾਰੇ ਮੁੱਦਿਆਂ ਤੇ ਡਿਬੇਟ ਹੈ ਸਰ ਬੋਲੋ ਇਕਬਾਲ ਸਿੰਘ ਠੀਕ ਹੈ ਮੈਂ ਤੁਹਾਨੂੰ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਕਰਦਾ ਬੇਅਦਬੀ ਚ ਅਕਾਲੀ ਦਲ ਨੂੰ ਬੈਨੀਫਿਟ ਡਾਟ ਮਿਲ ਸਕਦਾ ਪਰ ਗੋਲੀ ਕਾਂਡ ਚ ਕਿਵੇਂ ਤੁਸੀਂ ਦੇ ਦੂਗੇ ਬੈਨੀਫਿਟ ਡਾਟ ਉਹ ਤਾਂ ਇਹਨਾਂ ਦੀ ਸਰ ਉੱਥੇ ਸਿੰਘ ਸ਼ਹੀਦ ਹੋਏ ਪਾਠ ਕਰਦੀ ਸੰਗਤ ਤੇ ਗੋਲੀ ਚਲਾਈ ਪੁਲਿਸ ਨੇ ਗੋਲੀਆਂ ਚਲਾਈਆਂ ਵੀਡੀਓਾਂ ਚ ਰਿਕਾਰਡ ਹੈ ਉਹ ਚੀਜ਼ ਕੱਲਾ ਕੱਲਾ ਸੈਕਿੰਡ ਮੌਜੂਦ ਹੈ ਤੁਸੀਂ ਉਹਨੂੰ ਕਿਵੇਂ ਚੁਟੜਾ ਦੋਗੇ ਕੋਰਟ ਦੰਦਾ ਨਹੀਂ ਦਿੰਦਾ ਉਹ ਵੱਖਰੀ ਗੱਲ ਹੈ ਲੇਕਿਨ ਲੋਕਾਂ ਦੀ ਕਚਹਿਰੀ ਤੇ ਹੈ ਨਾ ਲੋਕਾਂ ਦੀ ਡਿਮਾਂਡ ਚ ਹੁਣ ਤੱਕ ਚਰਨਜੀਤ ਬਰਾੜ ਤਾਂ ਇਹ ਵੀ ਕਹੂਗਾ ਉਸ ਟਾਈਮ ਇਕੱਲੇ ਦਲ ਦੀ ਸਰਕਾਰ ਹੀ ਨਹੀਂ ਸੀ ਉਸ ਟਾਈਮ ਤਾਂ ਸਾਡੀ ਪੁਲਿਸ ਨਹੀਂ ਸੀ ਇਹ ਇਹ ਕੋਈ ਮੰਨਣ ਵਾਲੀਆਂ ਗੱਲਾਂ ਹੈਗੀਆਂ ਜਿਹੜੀ ਚੀਜ਼ ਪਬਲਿਕ ਡੋਮੇਨ ਚ ਹੈ ਉਹਨੂੰ ਤੁਸੀਂ ਕਿਵੇਂ ਕਹਿ ਦੋਵੇਂ ਨਾ ਜੀ ਆ ਸਾਡੇ ਪਰ ਪੋਲਿਟਿਕਲ ਬੈਂਡਟਾ ਕਰ ਕਰ ਤੁਸੀਂ ਇਹ ਕਹਿ ਰਹੇ ਹੋ ਇਕਵਾਲ ਸਿੰਘ ਇਕਵਾਲ ਸਿੰਘ ਤੁਸੀਂ ਇਹ ਕਹਿ ਰਹੇ ਹੋ ਕਿ ਗੋਲੀ ਕਾਂਡ ਦੇ ਮਾਮਲੇ ਚ ਅਕਾਲੀ ਭੀਜਪੀ ਸਰਕਾਰ ਪੂਰੀ ਤਰ੍ਹਾਂ ਘਿਰਦੀ ਹੈ ਬੇਅਦਬੀ ਮਾਮਲੇ ਵਿੱਚ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਮਿਲ ਸਕਦਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮਿਲ ਸਕਦਾ ਹਾਂ ਮੈਂ ਉਹੀ ਗੱਲ ਕਰਦਾ ਵੀ ਉੱਥੇ ਹੀ ਹੈ ਉੱਥੇ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਮਿਲ ਸਕਦਾ ਮੈਂ ਹੁਣ ਥੋੜਾ ਜਿਹਾ ਕਾਂਗਰਸ ਵੱਲ ਵੀ ਟਿੱਕਾ ਲਾ ਦਮੈਂ ਉਹਨਾਂ ਨੂੰ ਹਾਂ ਬੋਲੋ ਬੋਲੋ ਉੱਥ ਪੱਲੇ ਅੱਡ ਅੱਡ ਕੇ ਉੱਥੇ ਕਿਹਾ ਸੀ ਵੀ ਜਿਹੜੀ ਕਬਰ ਪੱਟੀ ਜਾ ਚੁੱਕੀ ਆ ਨਾ ਜਿਹੜੀ ਕਬਰ ਚ ਕਾਲੀ ਦਲ ਨੂੰ ਦਫਨ ਕੀਤਾ ਲੋਕਾਂ ਨੇ ਜੇ ਅਸੀਂ ਇਨਸਾਫ ਨਾ ਵਿਆ 22 ਚ ਸਾਨੂੰ ਵੀ ਉਥੇ ਕਬਰ ਚ ਦਫਨ ਕਰਨਗੇ ਤੇ ਉਹੀ ਸਿੱਧੂ ਸਾਹਿਬ ਨੇ ਪੱਲਾ ਉੱਥੇ ਜਾ ਕੇ ਝਾੜਿਆ ਬਰਗਾੜੀ ਵੀ ਸਾਢੇ ਹੱਥ ਖੜੇ ਆ ਬਾਬਾ ਤੁਸੀਂ ਦੇਖਣਾ ਹੁਣ ਅਸੀਂ ਜੋ ਜ਼ੋਰ ਲਾਉਣਾ ਸੀ ਲਾ ਲਿਆ ਇਸ ਕਰਕੇ ਕਾਂਗਰਸ ਦਾ ਹੋਣਾ ਨਿਕਲ ਗਿਆ ਜਿਹੜਾ ਫਾਇਰ ਇਹਨਾਂ ਨੇ ਮਾਰਨਾ ਸੀ ਉਹ ਇਹਨਾਂ ਦੀ ਬੰਦੂਕ ਤੋਂ ਗੋਲੀ ਤੇ ਨਿਕਲ ਗਿਆ ਨਿਸ਼ਾਨੇ ਤੇ ਲੱਗਾ ਨਹੀਂ ਇਸ ਕਰਕੇ ਹੁਣ ਉਹ ਕਵਰ ਚ ਗਿਰਨਾ ਕਾਂਗਰਸ ਨੇ ਵੀ ਮੈਂ ਥੋੜਾ ਬੇਲ ਲਿਆ ਉਹ ਪਹਿਲਾਂ ਹੀ ਮਿਲ ਕੇ ਚੱਲ ਲੰਦੇ ਹੁਣ ਅਸੀਂ ਆ ਗਏ ਤੀਜੀ ਪਾਰਟੀ ਲੋਕਾਂ ਕੋਲ ਆਪਸ਼ਨ ਹੈਗਾ ਹੁਣ ਲੋਕਾਂ ਨੇ ਨਾ ਦੋਨਾਂ ਨੂੰ ਤਾਰੇ ਦਿਖਾਉਣੇ ਆ 2022 ਚਲੋ ਠੀਕ ਠੀਕ ਕੱਲੀਆਂ ਆ ਵੋਟਾਂ ਦੀ ਗੱਲ ਆ ਇੱਕ ਇੱਕ ਛੋਟਾ ਬ੍ਰੇਕ ਲੈਣੇ ਆ ਬ੍ਰੇਕ ਤੋਂ ਵਾਪਸ ਆਵਾਂਗੇ ਸਾਰਾ ਮਸਲਾ ਵੋਟ ਬੈਂਕ ਨਾਲ ਤਾਂ ਨਹੀਂ ਜੁੜਿਆ ਹੋਇਆ ਪੰਥਕ ਤੇ ਨਾ ਜਿਹੜੀਆਂ ਵਿਰੋਧ ਕਰਦੀਆਂ ਪਈਆਂ ਜਿਹੜੀ ਅਲਟੀਮੇਟਮ ਦਿੰਦੀਆਂ ਪਈਆਂ ਉਹਨਾਂ ਦਾ ਟਾਰਗੇਟ ਕੀ ਹੈਗਾ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਪੰਜਾਬ ਦੀ ਜਨਤਾ ਨੂੰ ਜਵਾਬ ਕੀ ਦਿੱਤਾ ਜਾਵੇਗਾ ਸਾਰੇ ਸਵਾਲ ਆਪਸ ਆ ਰਹੇ ਫਿਰ ਬੇਅਦਬੀ ਨਾਲ ਜੁੜੇ ਕੇਸ ਨੂੰ ਹੁਣ ਜਨਤਾ ਦੀ ਵਿਚਾਰੀ ਚ ਕਿਵੇਂ ਪੇਸ਼ ਕਰੇਗੀ ਕੈਪਟਨ ਸਰਕਾਰ ਮੈਂ ਮਿਸਟਰ ਬਰਾੜ ਇੱਕ ਮਿੰਟ ਆ ਰਿਹਾ ਮੈਂ ਕਾਂਗਰਸ ਦਾ ਵਰਜ਼ਨ ਲੈ ਲਵਾਂ ਸਦੇ ਸਰ ਉਪਰ ਐਸਟੀ ਦੇ ਬਾਕੀ ਮੈਂਬਰਾਂ ਦੇ ਕੀ ਕਾਂਗਰਸ ਸਰਕਾਰ ਕਾਰਵਾਈ ਕਰੇਗੀ ਜਾਂ ਚੁੱਪੀ ਰਹੋਗੇ ਤੁਸੀਂ ਅ ਕਪੀ ਜੀ ਮੇਰੀ ਇੱਕ ਨਾ ਹੁਣ ਬੇਨਤੀ ਹੈ ਬਰਾੜ ਸਾਹਿਬ ਨੇ ਬੜੀ ਤਫਸੀਲ ਦੇ ਵਿੱਚ ਗੱਲ ਕੀਤੀ ਹੈ ਠੀਕ ਹੈ ਅਸੀਂ ਸਾਰਿਆਂ ਨੇ ਉਹਨਾਂ ਨੂੰ ਖੁੱਲਾ ਟਾਈਮ ਦਿੱਤਾ ਕੋਈ ਬੋਲਿਆ ਨਹੀਂ ਬੇਚ ਨਹੀਂ ਤੁਸੀਂ ਜਵਾਬ ਦੇ ਲਿਓ ਉਹਨਾਂ ਨੂੰ ਸਰ ਜਵਾਬ ਦੇ ਲਿਓ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ ਦਿਓ ਜਵਾਬ ਦੇਣਾ ਮੈਂ ਹਾਂ ਬੋਲੋ 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 ਮੈਂ ਮੈਂ ਹਾਂ ਮੇਰੀ ਮੇਰੀ ਬੇਨਤੀ ਹੈ ਵੀ ਹੁਣ ਕੋ ਟੋਕੇ ਨਾ ਦੇਖੋ ਗੱਲ ਇੱਕ ਹੈ ਬਰਾੜ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਵੀ ਉਸ ਟਾਈਮ ਦੇ ਉੱਤੇ ਪੰਜਾਬ ਪੁਲਿਸ ਦੇ ਉੱਤੇ ਇਹਨਾਂ ਨੇ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਔਰ ਇਹਨਾਂ ਨੇ ਜਾ ਕੇ ਸੋ even ਰਾਸ਼ਟਰਪਤੀ ਕੋਲੇ ਜਾ ਕੇ ਵੀ ਰਾਹੁਲ ਗਾਂਧੀ ਜੀ ਨੇ ਤੇ ਬਾਕੀ ਟੀਮ ਨੇ ਜਾ ਕੇ ਸੁਪਰੀਮ ਕੋਰਟ ਦੇ ਜੱਜ ਦੀ ਮੰਗ ਕੀਤੀ ਸੀ ਬਿਲਕੁਲ ਠੀਕ ਹੈ ਕੀਤੀ ਸੀ ਕਿ ਇਹ ਇਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਾਈ ਦੂਜੀ ਗੱਲ ਜਿਹੜੀ ਇਹ ਗੱਲ ਕਹਿੰਦੇ ਕਿਉਂ ਸੀ ਉਹਦੇ ਤੇ ਵਿਸ਼ਵਾਸ ਨਹੀਂ ਸੀਗਾ ਜਦੋਂ ਜਿਨ੍ਹਾਂ ਨੂੰ ਅੱਜ ਅਸੀਂ ਇਹ ਕਹਨੇ ਆਂ ਵੀ ਉਹ ਬੰਦਿਆਂ ਦੇ ਨਾਲ ਇਹ ਗੱਲ ਵਾਪਰੀ ਉਹ ਦੋ ਮੁੰਡੇ ਇਹਨਾਂ ਨੇ ਫੜਕੇ ਪਾਚਾ ਹੀ ਉਹਨਾਂ ਤੇ ਦੇਤਾ ਉਹਨਾਂ ਨੂੰ ਫੜਕੇ ਅੰਦਰ ਦੇਤਾ ਸੀਗਾ ਔਰ ਉਹਨਾਂ ਦੀ ਜੋ ਉਹਨਾਂ ਨਾਲ ਵਾਪਰੇ ਜੋ ਤਛਤ ਪੁਲਿਸ ਨੇ ਉਸ ਟਾਈਮ ਤੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਜਗ ਜाहिर ਹੈ ਉਹ ਕੋਈ ਗੱਲ ਲੁਕੀ ਛਿਪੀ ਨਹੀਂ ਹੈ ਔਰ ਕੀਜੀ ਗੱਲ ਜਦੋਂ ਇਹ ਮਾਮਲਾ ਪੂਰਾ ਪਖਿਆ ਹੋਇਆ ਸੀ ਉਸ ਟਾਈਮ ਦੇ ਉੱਤੇ ਅੱਜ ਜਰੂਰ ਅਕਾਲੀ ਦਲ ਆਪਣੀਆਂ ਜਿਹੜੀਆਂ ਪੋਸਟ ਕਹਿੰਦਾ ਵੀ ਨਹੀਂ ਅਸੀਂ ਚਰਨਜੀਤ ਕੁਮਾਰ ਨੂੰ ਅਸੀਂ ਦੋਸ਼ੀ ਕਰਾਰ ਦਿੱਤਾ ਸੀਗਾ ਉਸ ਐਫ ਆਈ ਆਰ ਚ ਜਿਹੜੀ ਕਿ ਪਹਿਲਾਂ ਹੀ ਜਾਂਦੀ ਸੀ ਵੀ ਇਹ ਅਰਪਛਤੀ ਪ੍ਰੋਸੈਸ ਹੈ ਪਰ ਜੇ ਚਰਨਜੀਤ ਸ਼ਰਮਾ ਨੂੰ ਐਸਐਸਪੀ ਮੋਗਾ ਨੂੰ ਇਹਨਾਂ ਨੇ ਦੋਸ਼ੀ ਕਰਾਫ ਦਿੱਤਾ ਸੀ ਐਫਆਈਆਰ ਦਿੱਤੀ ਕੀਤੀ ਸੀ ਤਾਂ ਉਸ ਇੱਕ ਸਵਾ ਸਾਲ ਸਾਲ ਸਵਾ ਸਾਲ ਦੇ ਵਿੱਚ ਚਰਨਜੀਤ ਸ਼ਰਮੇ ਦੇ ਕੀ ਐਕਸ਼ਨ ਹੋਇਆ ਕੀ ਅਰੈਸਟ ਪਈ ਕੀ ਉਹਨੂੰ ਸਸਪੈਂਡ ਕੀਤਾ ਕੀ ਉਹਨੂੰ ਟਰਮੀਨੇਟ ਕੀਤਾ ਕੀ ਇਹ ਗੱਲਾਂ ਹੋਈਆਂ ਇਸ ਕਰਕੇ ਅੱਜ ਤੁਸੀਂ ਡੇਟ ਵਾਈਜ਼ ਵਾਜਵਾ ਸਾਹਿਬ ਨੇ ਕੀ ਕਿਹਾ ਰਾਹੁਲ ਗਾਂਧੀ ਜੀ ਨੇ ਕੀ ਕਿਹਾ ਰੋਪੜ ਸਾਹਿਬ ਮਰਿੰਦਰ ਸਿੰਘ ਜੀ ਨੇ ਕੀ ਕਿਹਾ ਸੀ ਉਹ ਗੱਲ ਰੋਪੜ ਸਾਹਿਬ ਕੋਈ ਬਚਾਉ ਨਹੀਂ ਹੋ ਰਿਹਾ ਰੋਪੜ ਸਾਹਿਬ ਨਹੀਂ ਨਹੀਂ ਬੰਦ ਸਾਹਿਬ ਰੋਪੜ ਸਾਹਿਬ ਨਹੀਂ ਗੱਲ ਕਰ ਲਓ ਸਰ ਗੱਲ ਕਰ ਲਓ ਗੱਲ ਕਰ ਲਓ ਸਰ ਪੁਆਇੰਟ ਤੇ ਆ ਜਾਓ ਸਰ ਐਸਆਈਟੀ ਦੇ ਬਾਕੀ ਮੈਂਬਰਾਂ ਤੇ ਕੀ ਕਾਂਗਰਸ ਸਰਕਾਰ ਪੰਜਾਬ ਸਰਕਾਰ ਕਾਰਵਾਈ ਕਰੂਗੀ ਜਾਂ ਨਹੀਂ ਜੇ ਜਾਂਚ ਤੋਂ ਰਿਪੋਰਟ ਤੋਂ ਆਉਣ ਤੋਂ ਬਾਅਦ ਜੋ ਬਣਦੀ ਕਾਰਵਾਈ ਹੈ ਜੋ ਜਿਹਦਾ ਦੋਸ਼ ਹੈ ਉਹਦੇ ਤੇ ਕਾਰਵਾਈ ਹੋਣੀ ਹੋਣੀ ਹੈ ਇੱਕ ਗੱਲ ਮੈਨੂੰ ਹੋਰ ਕਰ ਲੈਣ ਦੋ ਐਸਆਈਟੀ ਸਰ ਮੈਂ ਮੇਰੇ ਸਵਾਲ ਦਾ ਜਵਾਬ ਦਿੰਦੇ ਜਾਉ ਨਾ ਨਾਲ ਨਾਲ ਨਾਲਾ ਜਵਾਬ ਦਿਦੇ ਰਹੋ ਸਰ ਐਸਆਈਟੀ ਦੇ ਬਾਕੀ ਮੈਂਬਰਾਂ ਦੇ ਕੀ ਸਾਈਨ ਹੈਗੇ ਆ ਇਸ ਜਾਂਚ ਰਿਪੋਰਟ ਤੇ ਜਾਂ ਨਹੀਂ ਇਹ ਕੋਰਟ ਇਹ ਕੋਰਟ ਦਾ ਮਾਮਲਾ ਹੈ ਉਹ ਜਦੋਂ ਸਾਰੀ ਜੱਜਮੈਂਟ ਚਾਉਣੀ ਹੈ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਕਹਿਤਾ ਜੱਜਮੈਂਟ ਰੇਟਨ ਆ ਜੂਗੀ ਸਾਰੀ ਪਬਲਿਕ ਡੋਮੇਨ ਚ ਆਉਣੀ ਹੈ ਅੱਜ ਕੱਲ ਲੈਟ ਤੇ ਪੈ ਜਾਂਦੀ ਹੈ ਦੂਜੀ ਗੱਲ ਨਹੀਂ ਮਨੂੰ ਕਵਾਲਜੀ ਦੀ ਗੱਲ ਦਾ ਜਵਾਬ ਜ਼ਰੂਰ ਦੇ ਲੈਣ ਦਿਓ ਇਹ ਵੀ ਰਫਲ ਚ ਪਤਾ ਨਹੀਂ ਗੋਲੀਆਂ ਕੱਢੀ ਜਾਂਦੇ ਆ ਕਬਰਾਂ ਪੱਟੀ ਜਾਂਦੇ ਆ ਇਹ ਕਹਿੰਦੇ ਨਾ ਅਸੀਂ ਉਸ ਟਾਈਮ ਹੈ ਨਹੀਂ ਸੀ ਪਬਲਿਕ ਚ ਇਹਨਾਂ ਦੇ ਤਾਂ ਪ੍ਰਧਾਨ ਉਦੋਂ ਜਿਹੜੇ ਮੇਨ ਲੀਡਰ ਸੀ ਮਾਨ ਸਾਹਿਬ ਉਥੇ ਭੋਗ ਤੇ ਸ਼ਰਾਬ ਪੀ ਕੇ ਚਲੇ ਗਏ ਸੀ ਪਬਲਿਕ ਨੇ ਧੱਕੇ ਮਾਰ ਕੇ ਕੱਢਿਆ ਇਸ ਕਰਕੇ ਇਹ ਕਿੰਨਾ ਕਿ ਸੰਸੀਅਰ ਹੈ ਕਿੰਨਾ ਕਿ ਇਹਨਾਂ ਦੀ ਜਿਹੜੀ ਸੈਂਸਰਟੀ ਹੈ ਉਹ ਉਹ ਮਾਨ ਸਾਹਿਬ ਦੀ ਉਸ ਐਕਸ਼ਨ ਤੋਂ ਪਤਾ ਲੱਗ ਜਾਂਦੀ ਹੈ ਠੀਕ ਠੀਕ ਹੈ ਪੱਟੀ ਸਾਹਿਬ ਇੱਕ ਸਵਾਲ ਜਵਾਦ ਉਸ ਮੈਸਟਰ ਬਰਾੜ ਤੋਂ ਜਵਾਬ ਲੈਣਾ ਐਸਟੀ ਦੇ ਕਿ ਬਾਕੀ ਮੈਂਬਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਸਵਾਲ ਲਗਾਤਾਰ ਕਰ ਰਿਹਾ ਇਹ ਕਹਿੰਦੇ ਸਾਡੇ ਕੋਲੇ ਜੱਜਮੈਂਟ ਦੀ ਕਾਪੀ ਆ ਲੈਣ ਤੋਂ ਫੈਸਲੇ ਦੀ ਕਾਪੀ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੱਟੀ ਸਾਹਿਬ ਤੁਹਾਨੂੰ ਤਾਂ ਸਾਰੀ ਅਦਾਲਤਾਂ ਦੀ ਜ਼ਰਾ ਦਾ ਪਤਾ ਹੁੰਦਾ ਉਥੇ ਕਹਿੰਦੇ ਸਾਈਨ ਦੇਖੋ ਇਹ ਸਾਈਨ ਅਜੇ ਤੱਕ ਸਾਰਜਨਿਕ ਨਹੀਂ ਹੋਏ ਅਗਰ ਜੇ ਉਹ ਸਿਗਨੇਚਰ ਨਹੀਂ ਤਾਂ ਇਹਦੀ অথেন্টিਸਿਟੀ ਕੀ ਹੈ ਪੰਜਾਬ ਗਵਰਨਮੈਂਟ ਇਸ ਨੂੰ ਪਰਮਾਨਕਤ ਕਿਸ ਤਰ੍ਹਾਂ ਦਿੰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਅਗਰ ਜੇ ਜਥੇਸ਼ ਰਣਜੀਤ ਸਿੰਘ ਦੀ ਰਿਪੋਰਟ ਦੇਖੀ ਜਾਏ ਉਸ ਦੇ ਇਨ ਕੰਟਰਾਸਟੈਂਟ ਕੰਪੈਰੀਜ਼ਨ ਦੇ ਵਿੱਚ ਜੇ ਕਮਰ ਪ੍ਰਤਾਪ ਸਿੰਘ ਦੀ ਰਿਪੋਰਟ ਦੇਖੀ ਜਾਏ ਤੇ ਮੇਰਾ ਖਿਆਲ ਹੈ ਜੇ ਦਕਸਤ ਨਹੀਂ ਵੀ ਬਾਕੀ ਮੈਂਬਰਾਂ ਦੇ ਤਾਂ ਇਹ ਇੱਕ অথੈਂਟੀਕੇਟਿਡ ਮੰਨੀ ਜਾਣੀ ਚਾਹੀਦੀ ਹੈ ਕਿਉਂਕਿ ਇੱਕ ਇੰਡੀਪੈਂਡੈਂਟ ਕਮਿਸ਼ਨ ਸੀ ਜਿਹੜਾ ਇਹਨਾਂ ਨੇ ਬਿਠਾਇਆ ਸੀ ਨੇ ਕਾਂਗਰਸ ਗਵਰਨਮੈਂਟ ਨੇ ਜਸਜੀਤ ਰঞ্জੀਤ ਸਿੰਘ ਦਾ ਜਿਹਨੇ ਰਿਪੋਰਟ ਦਿੱਤੀ ਸੀ ਸਬਮਿਟ ਕੀਤੀ ਸੀ ਉਹ ਅਜੇ ਤੱਕ ਕਿਉਂ ਨਹੀਂ ਇੰਪਲੀਮੈਂਟ ਹੋਈ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਅਗਰ ਜੇ ਉਹ ਇੰਪਲੀਮੈਂਟ ਹੋ ਜਾਂਦੀ ਅੱਜ ਦੀ ਡੇਟ ਦੀ ਰਿਪੋਰਟ ਉਹ ਵੱਲੀ ਤਾਂ ਮੇਰਾ ਖਿਆਲ ਹੈ ਬਈ ਅੱਜ ਇਹ ਇੱਕ ਨਵਾਂ ਕ੍ਰਾਈਸਿਸ ਜਿਹੜਾ ਖੜਾ ਹੋਇਆ ਇਹ ਕਦੀ ਵੀ ਖੜਾ ਨਾ ਹੁੰਦਾ ਤੁਸੀਂ ਬਾਕੀ ਐਸਆਈਟੀ ਮੈਂਬਰਾਂ ਨੂੰ ਕਲੀਨ ਚਿੱਟ ਦੇ ਰਹੇ ਹੋ ਪੱਤੀ ਸਾਹਿਬ ਬਿਲਕੁਲ ਕਲੀਨ ਚਿੱਟ ਨਹੀਂ ਉਹ ਦੋਸ਼ੀ ਨੇ ਔਰ ਉਹਨਾਂ ਦੀ ਅਕਾਉਂਟੇਬਿਲਟੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਪਬਲਿਕ 'ਚ ਚੈੱਕ ਕਰਦਾ ਜਿਹੜਾ ਪ ਉਹ ਤਾਂ ਮੈਜਿਸਟ੍ਰੇਟ ਕੀਤਾ ਲੋਕਾਂ ਦੇ ਵਿਸ਼ਵਾਸ ਨੂੰ ਢਾਂ ਲਾਈ ਗਏ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਹੈ ਪੂਰੀ ਨਹੀਂ ਕੀਤੀ ਡਰ ਇਲੈਕਸ਼ਨ ਆਫ ਡਿਊਟੀ ਜਿਉਂ ਉਹਨਾਂ ਦਾ ਕੋਈ ਡਾਈਸੈਂਟ ਨੋਟ ਉਹਦੇ ਵਿੱਚ ਹੁੰਦਾ ਫਿਰ ਉਹ ਵਰੀਏ ਜੇ ਉਹਨਾਂ ਦਾ ਡਾਈਸੈਂਟ ਨੋਟ ਹੈ ਤਾਂ ਕਿਸੇ ਬੇਸ ਤੇ ਜਾਂ ਕਿਸੇ ਰੀਜ਼ਨ ਤੇ ਹੋਏਗਾ ਜੇ ਉਹਨਾਂ ਦਾ ਕੁਝ ਵੀ ਨਹੀਂ ਉਹ ਦੇਖਣ ਲਈ ਚੀਜ਼ ਹੈ ਰਿਪੋਰਟ ਸਰ ਭੇਜਣਾ ਕੋਣ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਇਹਦੇ ਵਿੱਚ ਖੱਤ ਵਜੀ ਹੈ ਕੀ ਨਹੀਂ ਵਜੀ ਠੀਕ ਹੈ ਠੀਕ ਹੈ ਮਿਸਟਰ ਬਰਾੜ ਮਿਸਟਰ ਬਰਾੜ ਹੁਣ ਤੁਸੀਂ ਤੁਹਾਡਾ ਆਰਗੂਮੈਂਟ ਹੈ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਦੇ ਸਿਆਸਤਦਾਨਾਂ ਨੇ ਡਿਮਾਂਡ ਕੀਤੀ ਸਾਰੀ ਡਿਮਾਂਡ ਕੀਤੀ ਸੀ ਹੁਣ ਪੰਥਕ ਤੇਰਾ ਵਾਰ-ਵਾਰ ਫਿਰ ਇੱਕੋ ਗੱਲ ਕਹਿ ਰਹੀਆਂ ਕਿ 72 ਘੰਟੇ ਦਾ ਅਲਟੀਮੇਟਮ ਹੈ ਤੁਸੀਂ ਉਹਨਾਂ ਦੀ ਗੱਲਾਂ ਇਤفاق ਰੱਖਦੇ ਹੋ ਕਿਸੇ ਨਾਲ ਤਰੋ ਨਾ ਦੋ ਦੋ ਗੱਲਾਂ ਹੈ ਮੇਰੀਆਂ ਬੇਨਤੀ ਹੈ ਸਵਾਲ ਇਹ ਹੈ ਵੀ ਮੈਂ ਇਹ ਕਹਿਣਾ ਹੈ ਕਿ ਭੰਬਲ ਪੂਸਾ ਕਿੰਨਾ ਸਰਕਾਰ ਨੇ ਪਾਤਾ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਰਣਵੀਰ ਸਿੰਘ ਖਟੜਾ ਦੀ ਰਿਪੋਰਟ ਕੁੰਗਰ ਵਿਜੇ ਪ੍ਰਤਾਪ ਦੀ ਰਿਪੋਰਟ ਤੇ ਸੀਬੀਆਈ ਦੀ ਰਿਪੋਰਟ ਪੰਜੇ ਰਿਪੋਰਟਾਂ ਮੇਰੇ ਕੋਲੇ ਪਈਆਂ ਔਰ ਮੈਂ ਇੱਕ ਗੱਲ ਕਹਾਂ ਕਿ ਪੰਜੇ ਰਿਪੋਰਟਾਂ ਚ ਹੀ ਸ਼ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਨਾਂ ਹੀ ਹੈ ਨਹੀਂ ਕਿਤੇ ਤੇ ਇਹ ਕਿਵੇਂ ਕਹਿ ਸਕਦੇ ਆ ਕਿ ਫੜ ਕੇ ਉਹਨਾਂ ਨੂੰ ਅੰਦਰ ਦਿਓ ਆ ਰਮਨੀਤ ਬੁੱਟੂ ਬੋਲਿਆ ਕਿ ਬਾਦਲਾਂ ਨੂੰ ਫੜ ਕੇ ਅੰਦਰ ਦਿਓ ਜੇ ਸੁਖੀ ਰੰਧਾਵਾ ਬੋਲਦਾ ਬਾਦਲਾਂ ਨੂੰ ਫੜ ਕੇ ਅੰਦਰ ਦਿਓ ਇਹ ਅਦਾਲਤਾਂ ਤੋਂ ਉੱਤੇ ਹੋਗੇ ਪਹਿਲੀ ਗੱਲ ਤਾਂ ਮੇਰਾ ਸਵਾਲ ਇਹ ਹੈ ਕਿ ਜਸਤੀ ਰਣਜੀਤ ਜਸਤੀ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਮੁੱਖ ਮੰਤਰੀ ਦਾ ਜ਼ਿਕਰ ਹੈ ਮੁੱਖ ਮੰਤਰੀ ਦਾ ਜ਼ਿਕਰ ਹੈ ਕਿ ਉਹਨਾਂ ਦੀ ਗੱਲ ਹੋਈ ਤੇ ਗੱਲ ਹੋਣ ਨਾਲ ਕੋਈ ਕੋਈ ਦੋਸ਼ੀ ਬਣ ਗਏ ਨਹੀਂ ਬਰਾੜ ਸਾਹਿਬ ਉਹ ਇੱਕ ਗੱਲ ਕਹਿੰਦੇ ਬਸ ਸਵਾਲ ਤਾਂ ਲੈ ਲਓ ਨਾ ਤੁਸੀਂ ਬੋਲੋ ਤੁਸੀਂ ਪੂਰਾ ਪੂਰਾ ਜਵਾਬ ਦਿਓ ਉਹ ਇਹ ਗੱਲ ਕਹਿੰਦੇ ਆ ਕਿ ਜੇ ਤੁਸੀਂ ਜੇ ਤੁਸੀਂ ਗੱਲ ਕੀਤੀ ਆ ਜਾਂ ਗੱਲ ਦਾ ਕੀ ਮਜ਼ਮੂਨ ਹੈਗਾ ਉਹ ਤੁਸੀਂ ਆ ਕੇ ਦੱਸ ਦਿਓ ਕਮਿਸ਼ਨ ਕੋਲੇ ਮੇਰੀ ਮੇਰੀ ਇੱਕ ਬੇਨਤੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਕਿ ਕਾਂਗਰਸ ਨਾਲ ਤੱਲਕ ਰੱਖਦਾ ਸੀ ਅਸੀਂ ਪਹਿਲੇ ਦਿਨ ਖਾਰਜ ਕਰਤਾ ਸੀ ਮੈਂ ਇੱਕ ਬੇਨਤੀ ਕਰਦੇ ਆ ਪਰ ਫਿਰ ਵੀ ਆ ਪੂਰੇ 50 ਪੰਨਿਆਂ ਦੀ ਰਿਪੋਰਟ ਹੈ ਤੇ ਜੇ ਕੋਈ ਸਾਡੇ ਖਿਲਾਫ ਸਬੂਤ ਹੈ ਅਸੀਂ ਬਰ ਲਿਖ ਦਿੰਦੇ ਹੂੰ ਉਹਨੂੰ 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 ਟੈਕਨੀਕਲ ਤਰੀਕੇ ਨਾਲ ਸਾਬਤ ਕਰ ਦਿੰਦੇ ਜਿਹੜੇ ਪੰਨਿਆਂ ਦਾ ਸਾਡੇ 5500 ਗਵਾਈਆਂ ਜਿਹੜੀ ਉਹਨਾਂ ਨੇ ਰਿਪੋਰਟ ਜਿਹੜੀ ਪੇਸ਼ ਹੋਈ ਹੈ ਵਿਧਾਨ ਸਭਾ ਦੇ ਵਿੱਚ ਉਹ 50 ਪੰਨਿਆਂ ਦੀ ਹੋਈ ਹੈ ਜਿਹੜੀ ਫਾਈਨਲ ਰਿਪੋਰਟ ਹੋਈ ਹੈ ਔਰ ਕਿਤੇ ਵੀ ਸਾਡਾ ਕੋਈ ਨਾਂ ਨਹੀਂ ਗਾ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ ਸਵਾਲ ਇਹ ਹੈਗਾ ਕਿ ਅਸੀਂ ਤਾਂ ਹੀ ਇਹ ਵਿਧਾਨ ਸਭਾ ਦਾ ਮਤਾ ਲਿਆਂਦਾ ਸੀ ਕਿ ਸਾਰੇ ਪੰਬਲ ਪੂਸੇ ਚੋਂ ਕੱਢੀਏ ਔਰ ਲਿਆਂਦਾ ਵੀ 5 8 2019 ਨੂੰ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਦਾ ਤਾਂ ਕਿ ਸੁਪਰੀਮ ਕੋਰਟ ਦੀ ਦੇਖਰੇਖ ਹਟੋ ਜੂ ਤਾਂ ਸਭ ਤੇ ਕਿੰਤੂ ਪ੍ਰੰਤੂ ਮੁੱਕ ਜਾਣਗੇ ਤੁਹਾਡਾ ਨਾਮ ਨਹੀਂ ਹੈਗਾ ਬਰਾੜ ਸਾਹਿਬ ਫਿਰ ਤੁਸੀਂ ਜੱਸੀ ਰਣਜੀਤ ਸਿੰਘ ਕਮਿਸ਼ਨ ਕਿਉਂ ਕਾਂਗਰਸੀ ਕਮਿਸ਼ਨ ਕਹੀ ਜਾਂਦੇ ਹੋ ਉਹ ਪਹਿਲਾਂ ਤੋਂ ਜਿਹੜੇ ਨਾਮ ਹੀ ਨਹੀਂ ਪਾਇਆ ਤੁਹਾਡਾ ਉਹਨਾਂ ਦੇ ਮੈਂ ਇੱਕ ਵਾਰ ਤੁਹਾਨੂੰ ਕਲੀਅਰ ਕਰ ਦਿੰਦਾ ਚਲੋ ਜੇ ਤੁਸੀਂ ਨਹੀਂ ਹਟਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਣੀ ਸਰਕਾਰ ਸੀ ਤੇ ਉਦੋਂ ਹਾਈ ਕੋਰਟ ਦੇ ਵਿੱਚ ਜਸਟਿਸ ਰਣਜੀਤ ਸਿੰਘ ਹਾਈ ਕੋਰਟ ਦੇ ਵਿੱਚ ਜੱਜ ਸੀ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਬੇਲ ਆ ਜਾਂਦੀ ਸੀਗੀ ਲੀਡਰਾਂ ਦੀ ਤੇ ਅਸੀਂ ਸਾਡੇ ਲੀਡਰ ਉੱਥੇ ਲਿਖ ਕੇ ਦਿੰਦੇ ਸੀ ਕਿ ਅਸੀਂ ਇਹਨਾਂ ਕੋਲੋਂ ਸੁਣਵਾਈ ਨਹੀਂ ਕਰਾਉਣੀ ਕਿਉਂਕਿ ਇਹ ਪੱਖਪਾਤ ਕਰਦੇ ਆ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਪੁਰਾਣਾ ਹੈ ਸਾਰੇ ਹਾਈ ਕੋਰਟ ਦੇ ਵਿੱਚ ਪਬਲਿਕ ਡੋਮੇਨ ਚੈੱਕ ਕਰ ਠੀਕ ਠੀਕ ਹੈ ਬ੍ਰਾਦਰ ਸਾਹਿਬ ਤੁਸੀਂ ਇਹ ਗੱਲ ਕਹਿਨੇ ਹੋ ਕੌਰਵਜੇ ਪ੍ਰਤਾਪ ਨੇ ਇਲੈਕਸ਼ਨ ਲੰਡੀਆਂ ਤਾਂ ਉਹ ਇਦਾਂ ਕਰਦਾ ਜਿਵੇਂ ਰਣਜੀਤ ਸਿੰਘ ਨੇ ਕੀ ਕਰਨਾ ਚਲੋ ਘਰ ਉਹਦੇ ਤੇ ਮੈਂ ਜਸਟਿਸ ਸਾਹਿਬ ਤੇ ਐਵੇਂ ਇੰਨੀਆਂ ਗੱਲਾਂ ਤੇ ਨਾ ਜਾਈਏ ਉਹਨਾਂ ਦੀ ਰਿਪੋਰਟ ਆਈ ਨੂੰ ਚੇਰ ਹੋ ਗਿਆ ਮੈਂ ਕੁਮਰ ਵਿਜੇ ਪ੍ਰਤਾਪ ਦੀ ਗੱਲ ਹੁਣ ਕਰ ਲਾਂ ਇਹ ਜਿਹੜੀ ਪਹਿਲੀ ਗੱਲ ਤਾਂ 50 ਮੈਂਬਰਾਂ ਚੋਂ ਕੱਲਾ ਮੈਂਬਰ ਹੈ ਔਰ ਕੱਲਾ ਮੈਂਬਰ ਸਿੱਟ ਕਿਵੇਂ ਕੁਆ ਸਕਦਾ ਮੈਨੂੰ 베ਦੀ ਸਾਹਿਬ ਦੀ ਗੱਲ ਤੇ ਵੀ ਇਤਰਾਜ਼ ਆ ਵੀ ਆਥੈਂਟੀਸਿਟੀ ਕਿਵੇਂ ਬਣ ਸਕਦੀ ਹੈ ਇੱਕ ਬੰਦੇ ਦੀ ਔਰ ਚਲ ਛੱਡੋ ਮੈਂ ਉਹ ਇਹਨਾਂ ਦੀ ਗੱਲ ਨੂੰ ਵੀ ਛੱਡ ਦਿੰਨਾ ਚਟੋ ਪਾਧਿਆ ਸਾਹਿਬ ਦੀ ਤੇ ਇਹਨਾਂ ਦੀ ਕਿਸੇ ਹੋਰ ਅਸਰਾਂ ਦੀ ਸਿੱਟ ਬਣਾਤੀ ਚਟੋ ਪਾਧਿਆ ਸਾਹਿਬ ਚੇਅਰਮੈਨ ਸੀਗੇ ਉਸ ਸਿੱਟ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਤੀ ਕੋਰਟ ਦੇ ਵਿੱਚ ਜਾਂ ਸਰਕਾਰ ਨੂੰ ਤੇ ਇਹਨਾਂ ਨੇ ਅਖਬਾਰਾਂ ਦੇ ਵਿੱਚ ਤੇ ਟੈਲੀਵਿਜ਼ਨਾਂ ਤੇ ਇੰਟਰਵਿਊ ਦਿੱਤੀ ਕਿ ਮੈਂ ਮੈਂਬਰ ਸੀ ਮੈਨੂੰ ਪੁੱਛਿਆ ਨਹੀਂ ਜਦੋਂ ਤਾਂ ਦੂਜੀ ਲਿਗ ਤੇ ਆਉਂਦੀ ਆ ਉਦੋਂ ਤਾਂ ਮੈਨੂੰ ਨਹੀਂ ਪੁੱਛਿਆ ਤੇ ਉਹ ਵੈਸੇ ਤੁਸੀਂ ਦੂਜਿਆਂ ਨੂੰ ਪੁੱਛਣਾ ਨਹੀਂ ਇੱਕ ਫਿਰ ਇਹ ਜਿਹੜਾ ਅਫਸਰ ਬਹੁਤ ਕਾਬਲ ਬਣਾਇਆ ਤੁਸੀਂ ਮੀਡੀਆ ਨੇ ਖਾਸ ਕਰਕੇ ਮੈਂ ਬੇਨਤੀ ਕਰਾਂ ਇਹ ਬਣਾਇਆ ਕਿਡਨੀ ਸਕੈਮ ਨੇ ਤੇ ਸੈਕਸ ਸਕੈਂਡਲ ਨੇ ਕੇਬੀਜੀ ਤੁਹਾਨੂੰ ਪਤਾ ਵੀ ਉਹਨਾਂ ਦੋਨਾਂ ਕੇਸਾਂ ਦਾ ਕੀ ਬਣਿਆ ਨਹੀਂ ਪਤਾ ਹੋਣਾ ਕਿਉਂਕਿ ਆਪਾਂ ਜਾਣਕਾਰੀ ਨਹੀਂ ਰੱਖਦੇ ਤੇ ਨਾਲ ਲੋਕਾਂ ਨੂੰ ਦਿੰਨੇ ਆ ਕਿਡਨੀ ਸਕੈਮ ਵੀ ਔਰ ਸੈਕਸ ਸਕੈਂਡਲ ਵੀ ਜਿਹਦੀ ਇਹ ਹੀਰੋ ਬਣਾਇਆ ਸੀ ਦੋਨੋਂ ਇਹਦੀ ਗਵਾਹੀ ਦੇਣ ਦੇ ਬਾਵਜੂਦ ਹਾਈ ਕੋਰਟ ਦੇ ਵਿੱਚੋਂ ਜਾ ਕੇ ਬਰੀ ਹੋਏ ਔਰ ਤੀਜੀ ਗੱਲ ਜਸਟਿਸ ਕਾਲ ਹੁੰਦੇ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਉਦੋਂ ਵੀ ਇਹਨਾਂ ਨੇ ਆਇਸ ਰਿਪੋਰਟਾਂ ਨੂੰ ਗਲਤ ਰਿਪੋਰਟਾਂ ਪੇਸ਼ ਕਰਤੀਆਂ ਸੀ 5000 ਰੁਪਏ ਦਾ ਇਹਨੂੰ ਜੁਰਮਾਨਾ ਹੋਇਆ ਔਰ ਮੈਂ ਪ੍ਰੀ ਅਦਾਲਤ ਦੇ ਵਿੱਚ ਇਹਨੂੰ ਮਾਫੀ ਮੰਗਣੀ ਪਈ ਸੀ ਇਹੋ ਜਿਹੇ ਅਫਸਰ ਹੈ ਨਹੀਂ ਮੈਂ ਮੈਂ ਬਰਾੜ ਸਾਹਿਬ ਤੁਸੀਂ ਤੁਸੀਂ ਕਹਤਾ ਕਿ ਡੀਸਕੈਂਡ ਸੈਕੰਡ ਤੁਸੀਂ ਸਾਰੀਆਂ ਗੱਲਾਂ ਕਹਤੀਆਂ ਨਾ ਬਰਾੜ ਸਾਹਿਬ ਮੇਰਾ ਹਾਂ ਪੂਰੀ ਕਰ ਲੈਣ ਦੋ ਤੁਸੀਂ ਚੋ ਟੋਕ ਦੇਣੇ ਆ ਗੱਲ ਮੁੱਕੀ ਪੰਜ ਹਜ਼ਾਰ ਪੰਜ ਹਜ਼ਾਰ ਦੇ ਜੁਰਮਾਨੇ ਵਾਲਾ ਜ਼ਿਕਰ ਕਰ ਲਿਆ ਨਹੀਂ ਤੁਸੀਂ ਹੁਣ ਇਹਦਾ ਦੋ ਗਵਾਹਾਂ ਦੀ ਗੋਲੀ ਨਾਲ ਕਬੰਦ ਸਮੱਗਲ ਜਿਹੜੀ ਗੱਲ ਆ ਉਹ ਪੂਰੀ ਕਰ ਲੈਣ ਦੋ ਬਾਅਦ ਚ ਸਵਾਲ ਪੁੱਛ ਲਿਓ ਹਾਂ ਬੋਲੋ ਅੱਛਾ ਫਿਰ ਇਹ ਗੋਲੀकांड ਦਾ ਮੰਨ ਲਓ ਇਹ ਜਿਹੜੀ ਹੈਗੀ ਇਹ ਜਾਂਚ ਕਰ ਰਿਆ ਸੀ ਮੁੱਖ ਗਵਾਹ ਸਰਦੀਪ ਸਿੰਘ ਸਰਪੰਚ ਮਾਰਿਆ ਗਿਆ ਸਾਰਾ ਟੱਬਰ ਉਹਦਾ ਵਿਲਕਦਾ ਮਰ ਗਿਆ ਕਿ ਕਾਂਗਰਸੀਆਂ ਦੇ ਦਬਾਅ ਥੱਲੇ ਆ ਕੇ ਸਾਡੇ ਬੰਦੇ ਦੀ ਮੌਤ ਹੋ ਗਈ ਕੀ ਇਹ ਜਾਂਚ ਦੇ ਵਿੱਚ ਮੁੱਖ ਗਵਾਹ ਸੀਗਾ ਜਿਹੜਾ ਬੰਦਾ ਤੇ ਉਹਦੇ ਪ੍ਰਤੀ ਕੋਈ ਪਰਚਾ ਦਰਜ ਕਰਾਇਆ ਜੀ ਸਰਜੀਤ ਸਿੰਘ ਜੀ ਗੱਲ ਕਰ ਰਹੇ ਬਾਬਲ ਬਾਬਲ ਕਲਾ ਗੋਲੀਕਾਂਡ ਦਾ ਦੂਜੇ ਦੇ ਵਿੱਚ ਸੀਗਾ ਸੇਵਕ ਸਿੰਘ ਜਿਹਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਉਹਨੂੰ ਹਾਈ ਕੋਰਟ ਆ ਕੇ ਸਿਕਿਉਰਿਟੀ ਲੈਣੀ ਪਈ ਜਿਹੜਾ ਇਨਸਾਨ ਇਕੱਲੇ ਗੋਲੀਕਾਂਡ ਦੀ ਜਾਂਚ ਕਰ ਰਿਹਾ ਤੇ ਮੁੱਖ ਗਵਾਹਾਂ ਦੀ ਜਿਹੜੀ ਹੈਗੀ ਆ ਕੋਈ ਬਚਤ ਨਹੀਂ ਕਰ ਸਕਦਾ ਮਾਰਿਆ ਜਾਂਦਾ ਉਹਦੀ ਐਫਆਈਆਰ ਤੱਕ ਨਹੀਂ ਕਰਦਾ ਵੀ ਇਹ ਕੇਸ ਡੈਮੇਜ ਹੋਇਆ ਇਸ ਗੱਲ ਨਾਲ ਤੇ ਤੁਸੀਂ ਉਹਨੂੰ ਕਿੰਨਾ ਕਿ ਸੱਚਾ ਸੱਚਾ ਕਹਿ ਰਹੇ ਹੋ ਚਲੋ ਠੀਕ 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 ਇਸ ਕਹਿ ਬਿਲਕੁਲ 100% ਠੀਕ ਇੱਕ ਛੋਟਾ ਜਿਹਾ ਨੀ ਪੋਲਿਟੀਕਲ ਮੋਟੀਵੇਟਿਡ ਇਹੀ ਮੰਨਯੋਗ ਹਾਈ ਕੋਰਟ ਨੇ ਕਿਹਾ ਪੋਲਿਟੀਕਲ ਮੋਟੀਵੇਟਿਡ ਏਜੰਸੀ ਜੀ ਦੇ ਕਰਕੇ ਰੱਦ ਹੋਈ ਠੀਕ ਹੈ ਇੱਕ ਛੋਟਾ ਬ੍ਰੇਕ ਲਵਾਂਗੇ ਫਿਰ ਤੁਹਾਨੂੰ ਵਾਪਸ ਆਵਾਂਗੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਇਹੀ ਸਰਕਾਰਾਂ ਜਿਹੜੀਆਂ ਉਹ ਸਨਮਾਨ ਦਿੰਦੀਆਂ ਰਹੀਆਂ ਤੇ ਹੁਣ ਕਹਿੰਦੇ ਆ ਮੀਡੀਆ ਨੇ ਹੀਰੋ ਬਣਾਤਾ ਮੀਡੀਆ ਨੇ ਹੀਰੋ ਨਹੀਂ ਬਣਾਇਆ ਕੁਮਰ ਇਸ ਦੇ ਨਾਲ ਸਵਾਲ ਇਹ ਵੀ ਹੈ ਜਿਹੜੇ ਗਵਾਹਾਂ ਦਾ ਜ਼ਿਕਰ ਹੋਣ ਕੀਤਾ ਗਿਆ ਕਿ ਗਵਾਹਾਂ ਦੀ ਮੌਤ ਹੈ ਚੜੀ ਉਹ ਅੰਡਰ ਪ੍ਰੈਸ਼ਰ ਹੋਈ ਮਰਡਰ ਹੋਇਆ ਕੀ ਹੋਇਆ ਇਹ ਸਾਰੇ ਸਵਾਲ ਹੈ ਪਰ ਹੁਣ ਜਿਹੜੇ ਗਵਾਹ ਹੈਗੇ ਆ ਕਿ ਉਹਨਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਉਹਨਾਂ ਲਈ ਕੀ ਇੰਤਜ਼ਾਮ ਹੈ ਵਾਪਸ ਆ ਰਿਹਾ ਹੈ ਬੇਅਦਬੀ ਨਾਲ ਜੁੜੇ ਕੇਸ ਨੂੰ ਹੁਣ ਜਨਤਾ ਦੀ ਕਚਹਿਰੀ ਚ ਕਿਵੇਂ ਪੇਸ਼ ਕਰੇਗੀ ਕੈਪਟਨ ਸਰਕਾਰ ਇਕਬਾਲ ਸਿੰਘ ਇੱਕ ਤੁਸੀਂ ਬਹੁਤ ਵੱਡਾ ਇਲਜ਼ਾਮ ਲਾਇਆ ਮੌਜੂਦਾ ਸਰਕਾਰ ਤੇ ਨਾਲ ਤੁਸੀਂ ਅਕਾਲੀ ਦਲ ਤੇ ਵੀ ਇਹ ਇਲਜ਼ਾਮ ਲਾਇਆ ਕਿ ਬੇਅਦਬੀ ਤੀਰ ਘਟਨਾ ਦੇ ਨਾਲ ਸੰਬੰਧਤ ਗਵਾਹ ਹੈਗੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਇਕਵਾਲ ਸਿੰਘ ਕੀ ਤਾਥਾ ਤੁਹਾਡੇ ਕੋਲੇ ਵੀ ਉਹਨਾਂ ਨੂੰ ਖਤਰਾ ਹੈਗਾ ਦੇਖੋ ਖਤਰੇ ਦੀ ਗੱਲ ਇਹ ਹੈ ਨਾ ਜਦੋਂ ਪਾਰਟੀਆਂ ਇਸ ਨਗਰ ਵੱਲ ਚਲੇ ਜਾਣ ਵੀ ਸੱਚ ਨੂੰ ਫਾਸੀ ਦੇਣ ਲੱਗ ਜਾਣ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬਰਾੜ ਸਾਹਿਬ ਨੂੰ ਪਿੱਛੇ ਲੈ ਕੇ ਜਾਣਾ ਪੋਲਿਟੀਕਲ ਮੋਟਿਵ ਇਹਨਾਂ ਨੇ ਕਿਹਾ ਵੀ ਪੋਲਿਟੀਕਲ ਮੋਟਿਵੇਟਿਡ ਹੈ ਪੋਲਿਟੀਕਲ ਮੋਟਿਵੇਟਿਡ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਇਲੈਕਸ਼ਨ ਦੇ ਟਾਈਮ ਇਹਨਾਂ ਨੇ ਸਾਡਾ ਐਮਐਲਏ ਦਿੱਲੀ ਤੋਂ ਫੜ ਕੇ ਬੰਦ ਕਰਤਾ ਸੀਗਾ ਜੇਲ੍ਹ ਚ ਫਲਾਈਟ ਚ ਗਏ ਸੀ ਸਮਨ ਦੇਣ ਉਹ ਬਰੀ ਹੋ ਕੇ ਨਿਕळा ਨਿਕਲਿਆ ਪੂਰਾ ਬਰੀ ਹੋ ਕੇ ਟ੍ਰਾਇਲ ਫੇਸ ਕੀਤਾ ਹੁਣ ਇਹ ਆਪ ਕਹਿੰਦਾ ਵੀ ਸਾੜਾ ਜਹ ਦੀ ਨਾ ਹੀ ਹੈ ਨਹੀਂ ਜੇ ਥੋੜਾ ਨਾ ਹੈ ਨਹੀਂ ਭਾਈ ਪੋਲੀਟਿਕਲ ਮੋਟੀਵੇਟਿਡ ਕਿਉਂ ਹੋ ਗਿਆ ਇਹ ਤਾਂ ਤੁਹਾਡੀ ਮਿਲੀ ਭੁਗਤਾਂ ਪੋਲੀਟਿਕਲ ਮੋਟੀਵੇਟਿਡ ਨਹੀਂ ਹੈਗਾ ਪੋਲੀਟਿਕਲ ਮੋਟੀਵੇਟਿਡ ਸਾਡੇ ਤੇ ਹੋਇਆ ਅਸੀਂ ਭੁਗਤਿਆ ਸਾਡਾ ਐਮਐਲ ਬਰੀ ਹੋ ਕੇ ਆ ਟ੍ਰਾਇਲ ਫੇਸ ਕਰਕੇ ਆਇਆ ਜਿਵੇਂ ਬਿਲਕੁਲ ਹੁਣ ਤੂੰ ਤੁਹਾਡਾ ਤੁਹਾਨੂੰ ਮੂੰਹ ਚਾਉਣ ਦੀ ਜਗ੍ਹਾ ਨਹੀਂ ਦੱਸੋ ਮਲੇਰਕੋਟ ਲੱਗੀ ਨੇ ਬੇਅਦਬੀ ਕੀਤੀ ਦੀ ਸੜ ਅਸੀਂ ਤਾਂ ਪਾਕ ਸਾਫ ਹੋ ਕੇ ਨਿਕਲੇ ਆਉਂਦੇ ਚ ਹੁਣ ਤੁਸੀਂ ਸਾਡੇ ਤੇ ਅਲੀਗੇਸ਼ਨ ਲਾਇਆ ਸੀ ਨਾ ਹੁਣ ਦੱਸੋ ਕੀ ਨਾ ਕੀਤੀ ਆ ਥੋੜੀ ਸਰਕਾਰ ਸੀ ਤੁਸੀਂ ਧੱਕੇ ਸਾਝੀਆਂ ਕਰਦੇ ਸੀਗੇ ਆਏ ਕੰਮ ਤੁਸੀਂ ਮਿਲਿ ਭੁਗਤ ਹੁਣ ਕਾਂਗਸ ਨਾਲ ਕਰਨ ਵਾਲ ਕੇ ਕਰ ਰਹੇ ਪਰ ਲੋਕ ਮਾਪ ਨਹੀਂ ਕਰਨਗੇ ਤੁਹਾਨੂੰ ਠੀਕ ਠੀਕ ਮੈਂ 1 ਮਿੰਟ ਆ ਰਿਹਾ ਸਰ ਦੇਖੋ ਸਰ ਆਵਾਦੀ ਪਾਰਟੀ ਕਹਿੰਦੀ ਹੈ ਗਵਾਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ ਇਹ ਸਰ ਇਹ ਸਵਾਲ ਤਾਂ ਤੁਹਾਨੂੰ ਰੇਜ਼ ਹੀ ਨਹੀਂ ਹੋਣ ਦੇਣਾ ਚਾਹੀਦਾ ਸੀਗਾ ਤੁਹਾਨੂੰ ਆਪਣੇ ਆਪ ਸਿਕਿਉਰਿਟੀ ਦੇਣੀ ਚਾਹੀਦੀ ਸੀ ਉਹਨਾਂ ਸਦਸਿਆਂ ਰੋਪੜ ਕਿ ਤੁਹਾਨੂੰ ਪ੍ਰਵਾਹ ਨਹੀਂ ਹੈਗੀ ਗਵਾਹ ਮਰਦਾ ਮਰ ਜਾਵੇ ਕੋਈ ਦਿੱਕਤ ਨਹੀਂ ਨਹੀਂ ਦੇਖੋ ਪਤਾ ਕੀ ਹੈ ਕੇ ਪੀਜੀ ਮੈਂ ਨਾ ਇੱਕ ਗੱਲ ਬੜੀ ਮੈਨੂੰ ਦੁੱਖ ਹੁੰਦਾ ਇੱਕ ਜਿੰਨਾ ਜਿਹੜੇ ਗਵਾਹ ਸੀ ਇਹ ਬਰਾੜ ਸਾਹਿਬ ਗੱਲ ਕਰ ਰਹੇ ਨੇ ਉਹ ਵਿਚਾਰਾ ਉਹ ਉਹਦੀ ਮੌਤ ਹੋ ਜਾਂਦੀ ਹੈ ਹੁਣ ਉਹਨੂੰ ਇਸ ਸੈਂਸੇਸ਼ਨਲਾਈਜ਼ ਕਰ ਰਹੇ ਨੇ ਕਿ ਉਹ ਤਾਂ ਜੀ ਪ੍ਰੈਸ਼ਰ ਦੇ ਅੰਡਰ ਮਰ ਗਿਆ ਉਹ ਇਸ ਤਰੀਕੇ ਨਾਲ ਮਰ ਗਿਆ ਬੜੀ ਦੁੱਖ ਦੀ ਗੱਲ ਆ ਵੀ ਉਹਦੀ ਮੌਤ ਹੋਈ ਪਰ ਸਰ ਉਹਨਾਂ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਸ੍ਰੀ ਸੇਰ ਰੋਪੜ ਸ੍ਰੀ ਸੇਰ ਰੋਪੜ ਤੁਹਾਨੂੰ ਨਹੀਂ ਯਾਦ ਤੁਹਾਨੂੰ ਨਹੀਂ ਯਾਦ ਸਰ ਤੁਹਾਨੂੰ ਜਿਹਨੇ ਤੁਸੀਂ ਰੋਪੜ ਸਾਹਿਬ ਉਹਦੇ ਪਰਿਵਾਰ ਨੇ ਇਲਜ਼ਾਮ ਲਾਇਆ ਸਰ ਮੈਂ ਕਹਿਣਾ ਮੈਂ ਮੈਂ ਮੰਨ ਲਈ ਨਾ ਗੱਲ ਤੁਹਾਡੀ ਇਲਜ਼ਾਮ ਲਾਇਆ ਪਰ ਉਸ ਤੋਂ ਬਾਅਦ ਸਾਰੀ ਕਾਨੂੰਨੀ ਪ੍ਰਕਿਰਿਆ ਹੋਈ ਕੁਝ ਨਿਕਲਿਆ ਉਹਦੇ ਵਿੱਚ ਇਸ ਕਰਕੇ ਇਹ ਜਿਹੜੀ ਗੱਲ ਇੱਥੇ ਇਲਜ਼ਾਮ ਲਾ ਕੇ ਉਹਨੂੰ ਆਪਾਂ ਭੱਜ ਜਾਣਾ ਇਹ ਮੇਰੇ ਕਲ ਦੇ ਵਿੱਚ ਕੋਈ ਬਹੁਤ ਹੀ ਵਧੀਆ ਗੱਲ ਏ ਦੂਜੀ ਗੱਲ ਜਿਹੜੀ ਅੱਜ ਇਹ ਗੱਲ ਚੱਲ ਰਹੀ ਆ ਨਾ ਇਹ ਕਹਿੰਦੇ ਵੀ ਅਸੀਂ ਤਾਂ ਜੀ ਸਾਰਾ ਕੁਝ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਅਕਾਲੀ ਦਲ ਨੇ ਬਦਨਾਮ ਕਰਨ ਵਾਸਤੇ ਕਹਿੰਦੇ ਮੇਰੇ ਕੋ ਬਰਾਰ ਸਾਹਿਬ ਮੇਰੀ ਚੰਗੀ ਗੱਲ ਹੈ ਸਾਰੀਆਂ ਰਿਪੋਰਟਾਂ ਪਈਆਂ ਉਹਨਾਂ ਨੇ ਜਸਟਿਸ ਜੋਰਾ ਸਿੰਘ ਦਾ ਵੀ ਜ਼ਿਕਰ ਕੀਤਾ ਔਰ ਜਸਟਿਸ ਜੋਰਾ ਸਿੰਘ ਜਿਹਦੀ ਕੋਈ ਰਿਪੋਰਟ ਨਹੀਂ ਲੈਣਾ ਆ ਔਰ ਉਹ ਜਸਟਿਸ ਜੋਰਾ ਸਿੰਘ ਜਿਹੜਾ ਜਿਹਨੂੰ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਉਹ ਇਹ ਪੁੱਛਦਾ ਮਰ ਗਿਆ ਵੀ ਆ ਖੋੜ ਕਿਹੜੇ ਰੇਂਜ ਦੇ ਨੇ ਇਹ ਜਿਹੜੀ ਫਾਇਰਿੰਗ ਹੋਈ ਆ ਇਹ ਕਿਹੜੇ ਐਸਐਸਪੀ ਦੇ ਅੰਦਰ ਦੀ ਪੁਲਿਸ ਜਾਂ ਕੀ ਦੀ ਸੀ ਉਹਨੂੰ ਕਿਸੇ ਨੇ ਕੋਆਪਰੇਟ ਹੀ ਨਹੀਂ ਕੀਤਾ ਇਹ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਰੋਪੜ ਸਾਹਿਬ ਇਹ ਗੱਲਾਂ ਤੋਂ ਰੋਪੜ ਸਾਹਿਬ ਮੈਨੂੰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਜੋ ਤੁਹਾਡੀ ਸਰਕਾਰ ਆਈ ਸੀ ਚੋਣਾਂ ਵਿੱਚ ਜਿਹੜੇ ਦਮਗਜੇ ਤੁਸੀਂ ਮਾਰਦੇ ਸੀ ਅੱਜ ਇਹ ਐਸਆਈਟੀ ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਅਕਾਲੀ ਦਲ ਤੁਹਾਡੇ 'ਤੇ ਅਟੈਕ ਕਰ ਰਿਹਾ ਸਰ ਪੰਜਾਬ ਦੀ ਜਨਤਾ ਕੌਮ ਤੱਕ ਪਾਸੇ ਅਸਰ ਹੁੰਦੀ ਤਾਂ ਗੱਲ ਹੀ ਨਹੀਂ ਹੋ ਰਹੀ ਸਾਰੀ ਗੱਲ ਹੀ ਸਿਆਸਤ ਹੀ ਹੋ ਰਹੀ ਹੈ ਦੇਖੋ ਦੇਖੋ ਗੱਲ ਇਹ ਹੈ ਕਾਲੀ ਦਾ ਦਮਗੇ ਜੇ ਮਾਰੇ ਜੋ ਮਰਜੀ ਮਾਰੇ ਇਹ ਜਿਹੜਾ ਮਾਮਲਾ ਹੈ ਜਿਹੜਾ ਚਾਹੇ ਅਜੇ ਕੁਮਰ ਵਿਜੇ ਪ੍ਰਤਾਪ ਨੂੰ ਜੋ ਮਰਜੀ ਕਹਿਣ ਕੁਮਰ ਵਿਜੇ ਪ੍ਰਤਾਪ ਜਿਸ ਲੈਵਲ ਤੱਕ ਇਹ ਗੱਲ ਲੈ ਕੇ ਗਿਆ ਉਹਨੇ ਸਿਰੇ ਲੱਗਣਾ ਇਸ ਗੱਲ ਤੋਂ ਬਚਾਅ ਕੀਤਾ ਨਹੀਂ ਜਾ ਤੱਕਦਾ ਇਹ ਜੇ ਅਸੀਂ ਜੋ ਮਰਜੀ ਕਹਿ ਲਈਏ ਉਹ ਗੱਲ ਦਾ ਅੱਜ ਇੱਕ ਕੋਰਟ ਦੇ ਵਿੱਚ ਇੱਕ ਇੱਕ ਅਰਚਨ ਆ ਗਈ ਇਹ ਮਤਲਬ ਹੋਰ ਕੋਟਾਂ ਖਤਮ ਨਹੀਂ ਹੋ ਗਈਆਂ ਹੋਰ ਇਹਦੂ ਉੱਤੇ ਵੀ ਕੋਟਾਂ ਬੈਠੀਆਂ ਨੇ ਠੀਕ ਠੀਕ ਹੈ ਮੈਂ ਮੈਂ ਇੱਕ ਮਿਸਟਰ ਬਰਾੜ ਲਾਸਟ ਮਿੰਟ ਤੁਹਾਡੇ ਲਊਂਗਾ ਅ ਮਿਸਟਰ ਪੱਟੀ ਕਮਰਵਜੇ ਪ੍ਰਤਾਪ ਦੀ ਇਸ ਜਾਂਚ ਤੇ ਮਾਮਲੇ ਚ ਜੇ ਸਟੇ ਮਿਲਦਾ ਤਾਂ ਹੀ ਸਰਕਾਰ ਕੋਲੇ ਕੋਈ ਹੱਲ ਹੈਗਾ ਨਹੀਂ ਤਾਂ ਨਵੀਂ ਐਸਆਈਟੀ ਜਿਹੜੇ ਜਿਹੜਾ ਜ਼ਿਕਰ ਤੁਸੀਂ ਕਰਦੇ ਪਿਆ ਨਵੀਂ ਐਸਆਈਟੀ ਬਣਾ ਕੇ ਇਸ ਚੋਣ ਬਰੇ ਦੇ ਵਿੱਚ ਵਿੱਚ ਕੋਈ ਨਤੀਜਾ ਨਿਕਲਣ ਦੀ ਉਮੀਦ ਤੁਹਾਨੂੰ ਲੱਗਦੀ ਹੈ ਨਹੀਂ ਲੱਗਦੀ ਬਿਲਕੁਲ ਕੋਈ ਉਮੀਦ ਨਹੀਂ ਤੇ ਸਵਾ ਚਾਰ ਸਾਲ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਤੇ ਇਹਨਾਂ 6 ਮਹੀਨਿਆਂ ਜਾਂ 8 ਮਹੀਨਿਆਂ ਵਿੱਚ ਕੀ ਨਤੀਜਾ ਨਿਕਲਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ 1947 ਤੋਂ ਲੈ ਕੇ ਅੱਜ ਤੱਕ ਜਿੰਨੇ ਕਮਿਸ਼ਨ ਬਣੇ ਨੇ ਉਹਨਾਂ ਕਮਿਸ਼ਨਰ ਦੀ ਕੀ ਇਹ ਜਿਹੜੀ ਹੈ ਬਦਕਿਸਮਤੀ ਜਾਂ ਕਿਸਮਤੀ ਰਹੀ ਇਹ ਸਾਰੀ ਦੁਨੀਆ ਨੂੰ ਪਤਾ ਹੈ 1984 ਦੇ ਦੰਗਿਆਂ ਦੇ ਉੱਤੇ ਕਿੰਨੇ ਕਮਿਸ਼ਨ ਬਣੇ ਨਸਲ ਕੁਛੀ ਨਸਲ ਕੁਛੀ ਆਪਾਂ ਦੰਗਾ ਸ਼ਬਦ ਨਸਲ ਨਸਲ ਕੁਛੀ ਦੇ ਉੱਤੇ ਧਰਵਾਦੀਆਂ ਤੁਹਾਡਾ ਉੱਥੇ ਕਰੈਕਟ ਕੀਤਾ ਮੈਨੂੰ ਨਸਲ ਕੁਛੀ ਦੇ ਉੱਤੇ ਸਿੱਖਾਂ ਦੀ ਨਸਲ ਕੁਛੀ ਜਿਹੜੀ ਹੋਈ ਸੀ ਉਹਦੇ ਉੱਤੇ ਐਨੇ ਕਮਿਸ਼ਨ ਹੋਏ ਅਪਾਇੰਟ ਹੋਏ ਐਨੀ ਐਵੀਡੈਂਸ ਹੋਈਆਂ ਐਫੀਡੇਵਿਟ ਹੋਏ ਉਹਨਾਂ ਦਾ ਕੀ ਨਤੀਜਾ ਨਿਕਲਿਆ ਇਹ ਲੋਕਤੰਤਰ ਦਾ ਕਾਨੂੰਨ 147 ਤੋਂ ਲੱਕੇ ਅਜੇ ਤੱਕ ਚੱਲ ਰਿਹਾ ਚੱਲਦਾ ਰਹੇਗਾ ਲੋਕ ਇਸ ਗੱਲ ਦੀ ਸਵਾਲ ਕਰਨ ਲੱਗ ਗਏ ਨੇ ਜਦੋਂ ਉਹ ਨੇਤਾ ਵੋਟਾਂ ਮੰਗਣ ਜਾਂਦੇ ਨੇ ਉਹਨਾਂ ਨੂੰ ਇਹ ਸਵਾਲ ਕਰਦੇ ਨੇ ਲੋਕ ਜਵਾਬ ਦਿਓ ਉਹ ਕਹਿੰਦੇ ਨੇ ਵੋਟਾਂ ਦੀ ਗੱਲ ਕਰੋ ਵੋਟਾਂ ਦਾ ਟਾਈਮ ਹੈ ਇਹ ਗੱਲ ਕਰਨੀ ਗੱਲ ਨਹੀਂ ਹੁਣ ਵੀ ਵੋਟਾਂ ਦੀ ਗੱਲ ਹੋ ਰਹੀ ਹੈ ਇਹ ਵੋਟਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਲੋਕਤੰਤਰ ਦੀ ਗੱਲ ਹੋਣੀ ਚਾਹੀਦੀ ਹੈ ਤੁਹਾਨੂੰ ਬਤੌਰ ਵਕੀਲ ਫਿਕਸ ਫਿਕਸਡ ਮੈਚ ਲੱਗਦਾ ਬਿਲਕੁਲ ਫਿਕਸ ਮੈਚ ਹੈ ਔਰ ਹੋ ਰਿਹਾ ਹੈ ਔਰ ਇਹਦਾ ਪਰ ਪ੍ਰਤੱਖ ਪਰਮਾਨ ਨਹੀਂ ਜਿਹੜੇ ਮੈਂ ਦੇ ਸਕਦਾ ਕਿਉਂਕਿ ਟਾਈਮ ਦੀ ਘਾਟ ਹੈ ਜਿਸ ਵਜ੍ਹਾ ਕਰਕੇ ਮੈਂ ਜ਼ਿਆਦਾ ਗੱਲ ਲੰਬੀ ਨਹੀਂ ਕਰਨੀ ਚਾਹੁੰਦਾ ਜੇ ਇੱਕ ਕੇਸ ਚੱਲਿਆ ਸੀ ਬਦਲ ਸਾਹਿਬ ਦੇ ਉੱਤੇ ਡਿਸਪਰਪੋਰਸ਼ਨੇਟ ਦਾ ਉਹਦੇ ਵਿੱਚ ਉਹਨਾਂ ਨੂੰ ਸੈਸ਼ਨ ਜਾਈ ਨੰਬਰ ਹੀ ਕੀਤਾ ਸੀ ਉਹਦੀ ਅਪੀਲ ਅਗੇਂਸਟ ਇਕਵਿਟਲ ਨਹੀਂ ਪਾਈ ਗਈ ਸੀ ਸਰਕਾਰ ਵੱਲੋਂ ਸਮੇਂ ਦੀ ਸਰਕਾਰ ਵੱਲੋਂ ਜਾਂ ਅਗਲੀ ਸਰਕਾਰ ਵੱਲੋਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਚੈਲੰਜ ਨਹੀਂ ਕੀਤਾ ਚੈਲੰਜ ਨਹੀਂ ਕੀਤਾ ਬਈ ਚੈਲੰਜ ਹੀ ਨਹੀਂ ਕੀਤਾ ਉਸ ਨੂੰ ਇੱਕ ਫ੍ਰੈਂਡਲੀ ਮੈਚ ਨਹੀਂ ਤੇ ਹੋਰ ਕੀ ਮੈਚ ਹੈ ਠੀਕ ਠੀਕ ਹੈ ਚੰਨ ਸਿੰਘ ਬਰਾੜ ਲਾਸਟ ਮਿੰਟ ਤੁਹਾਡਾ ਚਾਹੀਦਾ ਮੈਂ 1 ਮਿੰਟ ਤੁਹਾਡਾ 1.5 ਮਿੰਟ ਪੱਟੀ ਸਾਹਿਬ ਨੂੰ ਨੇ ਜੇ ਸਿਆਸਤ ਕਰਨੀ ਹੈ ਨਾ ਤੇ ਚੱਜ ਨਾਲ ਕਰ ਲੈਣਾ ਵਰਨਾ ਲਾ ਪੁਆਇੰਟ ਤੇ ਕੋਈ ਗੱਲ ਰੱਖਣੀ ਹੈ ਤਾਂ ਰੱਖਣਾ ਪੱਟੀ ਸਾਹਿਬ ਤੁਹਾਡੇ ਕੋਲੇ ਡਿਗਰੀ ਹੈ ਵਕਾਲਤ ਕਰਦੇ ਹੋ ਤੁਸੀਂ ਚੈਲੰਜ ਕਰ ਲਓ ਲਾ ਪੁਆਇੰਟ ਉਹਨਾਂ ਨਾਲ ਪੂਰੀ ਪਹੀਆ ਨਾ ਤੁਹਾਡੇ ਕੋਲੇ ਰੱਖਦਾ ਲਾ ਪੁਆਇੰਟ ਉਹਨਾਂ ਨਾਲ ਤੇ ਇਹ ਕਰ ਲੈਣਾ ਇਸ ਕਰਕੇ ਐਵੇਂ ਫਾਲਤੂ ਦੀਆਂ ਪੋਲਿਟੀਕਲ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ ਮਿਲੀ ਭਗਤ ਇੱਕ ਮਿੰਟ ਹੁਣ ਬੈਠੋ ਰਾਮਨਾਥ ਬੈਠ ਕੇ ਸੁਣੋ ਮੈਂ ਤੁਸੀਂ ਆਪਣੀ ਇਹ ਜਿਹੜੀ ਰਿਪੋਰਟ ਰੱਦ ਕੀਤੀ ਹੈ ਇਹਦੇ ਵਿੱਚ ਕੋਈ ਅਕਾਲੀ ਦਲ ਥੋੜੀ ਗਿਆ ਹੂੰ ਇਹਦੇ ਵਿੱਚ ਪੀੜਤ ਲੋਕ ਗਏ ਆ ਤੇ ਉਹਨਾਂ ਦੇ ਕਹੇ ਤੋਂ ਰੱਦ ਹੋਈਆ ਸਾਡੀ ਮਿਲੀ ਮਿਉਕਤ ਕਹੇ ਨਾਲ ਆ ਗਈ 25-25 ਲੱਖ ਰੁਪਏ ਦੀ ਪੇਸ਼ੀ ਦੇ ਕੇ ਦਿੱਲੀੋਂ ਇਹ ਵਕੀਲ ਲਿਉਣ ਕੁਮਰ ਵਿਜੇ ਪ੍ਰਤਾਪ ਦੇ ਝੂਠ ਨੂੰ ਸੱਚ ਬਣਾਉਣ ਲਈ ਹਲੇ ਤੀ ਕਹਿੰਦੇ ਮਿਲੀ ਭੁਗਤਾਂ ਮਿਲੀ ਭੁਗਤ ਕਹਦੀ ਹੈ ਇੱਕ ਮੈਂ ਦੂਜੀ ਬੇਨਤੀ ਇਸ ਗੱਲ ਦੀ ਕਰਦਿਆਂ ਜਿਹੜੀ ਵੱਡੀ ਗੱਲ ਹੈ ਮੈਨੂੰ ਇੱਕ ਗੱਲ ਦਾ ਸਮਝ ਨਹੀਂ ਆਉਂਦੀ ਕਿ ਕਾਂਗਰਸ ਪਾਰਟੀ ਵਾਲਿਆਂ ਨੂੰ ਐਨੇ ਭੰਬਲ ਪੁੱਸੇ 'ਚ ਪੈ ਗਏ ਕਿਉਂਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੇ ਝੂ ਆਜ ਜਿਹੜੀ ਐ 41 2021 ਨੂੰ ਗੁਰੂ ਸਾਹਿਬ ਦੀ ਬੇਅਦਬੀ ਵਾਲੀ ਜਿਹੜੀ ਤੁਹਾਡੀ ਜਾਂਚ ਆ ਇਹ ਰੱਦ ਕਰਤੀ ਤੇ ਤੁਸੀਂ ਮੈਨੂੰ ਚਲ ਆ ਛੱਡ ਦਿਓ ਸਾਢੇ 3 ਮਹੀਨਿਆਂ ਚ ਇਹਦਾ ਨਾਸ ਦਿਓ ਕੀ ਕੀਤਾ ਇਹਦੇ ਚ ਤੁਸੀਂ ਨਵੀਂ ਜਿਹੜੀ ਬਣਾਈ ਸੈਟ ਇਹਦੇ ਚ ਕੀ ਕੀਤਾ ਗੁਰੂ ਸਾਹਿਬ ਦੀ ਬੇਅਦਬੀ ਤਾਂ ਗੋਲੀ ਕੰਡਣ ਨਾਲੋਂ ਬਹੁਤ ਵੱਡੀ ਐ ਸਾਡੇ ਲਈ ਤਾਂ ਉਹ ਹੀ ਵੱਡਾ ਵੱਡਾ ਕੇਸ ਆ ਭਾਵੇਂ ਇਹ ਵੀ ਵੱਡਾ ਪਰ ਉਹ ਬਹੁਤ ਵੱਡਾ ਇਹਦੇ ਚ ਕੀ ਕੀਤਾ ਇਸ ਕਰਕੇ ਟੋਟਲ ਤੇ ਟੋਟਲ ਸਿਆਸਤ ਨਹੀਂ ਕਰਨੀ ਚਾਹੀਦੀ ਅਸੀਂ ਫਿਰ ਸਰਕਾਰ ਨੂੰ ਪੀਰ ਤੇ ਕੀ ਕਰਦੇ ਆ ਇੱਕ ਸਕਿੰਟ ਜੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਥੱਲੇ ਕਰਾ ਦਿਓ ਤਾਂ ਕਿ ਜਿਹੜਾ ਦੋਸ਼ੀ ਹੋਇਆ ਬਚੂਗਾ ਨਹੀਂਗਾ ਭਾਵੇਂ ਕੋਈ ਵੀ ਹੋਵੇ ਤੇ ਜਿਹੜਾ ਮੰਨ ਲਓ ਝੂਠੇ ਕਿਸੇ ਤੇ ਆਪਾਂ ਚਿੱਕਰ ਸਿੱਟੀ ਜਾਣੇ ਆ ਉਹ ਨਹੀਂ ਸਿੱਟਣੇ ਚਾਹੀਦੇ ਜੀ ਜੰਸੀ ਬਰਾੜ ਜਿਹੜਾ ਇਲਜ਼ਾਮ ਆਮ ਆਦਮੀ ਪਾਰਟੀ ਤੁਹਾਡੇ ਤੇ ਲਾਇਆ ਕਿ ਤੁਸੀਂ ਗਵਾਂ ਨੂੰ ਧਮਕੀਆਂ ਦਿੱਤੀਆਂ ਸ਼੍ਰੋਮਣੀ ਕਾਲਦਾਨ ਨੇ ਐਸਪੀਸੀ ਨੇ ਉਹਦਾ ਕੋਈ ਜਵਾਬ ਹੈ ਨਹੀਂ ਇਹ ਮੈਂ ਇੱਕ ਬੇਨਤੀ ਕਰਦਿਆਂ ਆਮ ਆਮੀ ਪਾਰਟੀ ਦਾ ਬੜੀ ਜਲਦੀ ਮੈਂਬਰ ਕੁਮਰ ਵਿਜੇ ਪ੍ਰਤਾਪ ਨੇ ਬਣਨਾ ਇੱਕ ਉਹਨਾਂ ਨੇ ਅੱਜ ਪੋਡਕਾਸਟ ਕਹਿ ਰਹੇ ਹੋ ਤੁਸੀਂ ਮੈਂ ਮੈਂ ਕਹਿ ਰਿਹਾ ਬੜੀ ਜਲਦੀ ਬਣਨਾ ਹੈ ਇੱਥੇ ਕੋਈ ਦੋਰਾ ਥੋੜੀ ਹੈ ਕੁਮਰ ਵਿਜੇ ਪ੍ਰਤਾਪ ਨੇ ਅੱਜ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਛਪੀ ਹੈ ਕਿ ਸੁਖਬੀਰ ਗਵਾਹਾਂ ਨੂੰ ਠੁਮਕਾਰ ਰਿਹਾ ਜਾਂ ਲਾਲਚ ਦੇ ਰਿਹਾ ਪਹਿਲੀ ਗੱਲ ਸੁਖਬੀਰ ਕਿਸੇ ਗੱਲ 'ਚ ਅਕਿਊਜ਼ਡ ਹੈਗਾ ਉਹ ਜਿਹੜੇ ਬੰਦੇ ਦਾ ਨਾਮ ਲੈ ਕੇ ਕਿਹਾ ਕਿ ਫਲਾਣੇ ਬੰਦੇ ਨੂੰ ਠੁਮਕਾਰ ਰਿਹਾ ਜਾਂ ਲਾਲਚ ਦੇ ਰਿਹਾ ਉਸ ਬੰਦੇ ਨੇ ਇੰਗਲਿਸ਼ ਟ੍ਰਿਬਿਊਨ ਦੇ ਰਿਪੋਰਟਰ ਨੂੰ ਕਿਹਾ ਕਿ ਮੇਰੇ ਘਰ ਦੀ ਹਾਲਤ ਐਡੀ ਮਾੜੀ ਆ ਮੈਂ ਤਾਂ ਉਲਟਾ ਐਸਪੀਸੀ ਕੋਲ ਨੌਕਰੀ ਮੰਗਣ ਗਿਆ ਸੀ ਮੈਨੂੰ ਕਿਸੇ ਨੇ ਸੱਦਿਆ ਨਹੀਂ ਗਿਆ ਨੌਕਰੀ ਮੰਗਣ ਗਿਆ ਸੀ ਉਹਨੇ ਕਿਹਾ ਕਿ ਮੇਰੇ ਘਰ ਦੀ ਹਾਲਤ ਮਾੜੀ ਆ ਮੈਂ ਤਾਂ ਜਿਵੇਂ ਬਾਕੀ ਦੇ ਪੇਪਰ ਦਿੰਦੇ ਆ ਮੈਂ ਆਪਦਾ ਪੇਪਰ ਦੇਣ ਗਿਆ ਸੀ ਆ ਉੱਥੇ ਤੇ ਇਹ ਇਹਦੇ ਕੋਲ ਕੀ ਸਬੂਤ ਆ ਪੇਸ਼ ਕਰੇ ਸਾਡੀ ਕਿਤੇ ਗੱਲ ਹੀ ਹੋਈ ਹੋਵੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਫਲਾਣਾ ਬੰਦਾ ਉਹ ਗਵਾਹ ਹੈਗਾ ਠੀਕ ਹੈ ਪੱਟੀ ਸਾਹਿਬ ਤੇ ਨਾ ਸੀ ਅਕਿਊਜ਼ਡ ਐਸੀ ਕਦੇ ਨਹੀਂ ਤੁਮ ਕੋਲ ਠੀਕ ਪੱਟੀ ਸਾਹਿਬ ਲਾਸਟ ਕਮੈਂਟ ਤੁਹਾਡਾ ਸਰ ਸਰ ਜਿਹੜਾ ਗਵਾਹ ਆਇਆ ਜਾਂ ਜਿਹੜਾ ਪੀੜਤ ਹੈਗਾ ਸਰ ਉਹ ਤਾਂ ਬਹੁਤ ਕਮਜ਼ੋਰ ਵਰਗ ਨਾਲ ਸੰਬੰਧ ਰੱਖਦਾ ਜਿਹਦੇ ਕੋਲ ਨਾ ਕੋਈ ਸੱਤਾ ਨਾ ਕੋਈ ਤਾਕਤ ਹੈ ਉਹ ਤਾਂ ਵਿਚਾਰਾ ਡਰਿਆ ਹੋਇਆ ਉਹਨੂੰ ਹੋੜ ਰਾਇਆ ਜਾ ਰਿਹਾ ਤੁਹਾਨੂੰ ਲੱਗਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹਦਾ ਜਵਾਬ ਹਾਂ ਇਚ ਇੱਕ ਗੱਲ ਮੈਂ ਬਰਾੜ ਸਾਹਿਬ ਦੀ ਗੱਲ ਕਹਿ ਦਿਆਂ ਵੀ ਜਿਹੜਾ ਇਹਨਾਂ ਨੇ ਕਿਹਾ ਵੀ ਤੁਸੀਂ ਵਕੀਲ ਔਲਾਦੀ ਡਿਗਰੀ ਹੈ ਤੁਸੀਂ ਬਾਦਲ ਸਾਹਿਬ ਦੀ ਪਹਿਲਾ ਗੈਂਥੇ ਕੁਇਟਲ ਜਿਹੜੀ ਉਹ ਚੈਲੰਜ ਕਰ ਲੈਣੀ ਸੀ ਇਹਨਾਂ ਨੂੰ ਇਹ ਨਹੀਂ ਪਤਾ ਪਰਸਨ ਐਗਰੀਵਡ ਕੀ ਹੁੰਦਾ ਤੁਸੀਂ ਤਹਿਸੀਲਦਾਰ ਰਹੇ ਹੋ ਤੁਸੀਂ ਰਹੇ ਹੋ ਤੇ ਕਿਵੇਂ ਬਣੇ ਕਿਵੇਂ ਕਿੱਥੇ ਥਾਪਨਾ ਛੱਡ ਕੇ ਕਿਵੇਂ ਕਿੱਥੇ ਥਾਪਨਾ ਛੱਡ ਕੇ ਜਿਵੇਂ ਰਿਵੈਟ ਚ ਬੈ ਗਏ ਆਪਾਂ ਨਿਜੀ ਰਿਵੈਟ ਚ ਬੈ ਗਏ ਆਪਾਂ ਨਿਜੀ ਰਿਵੈਟ ਚ ਬੈ ਗਏ 7 8 10 ਸਾਲ ਪਹਿਲਾਂ ਦਾ ਹੋਇਆ ਆਪਾਂ ਨਿਜੀ ਰਿਵੈਟ ਚ ਚਲੋ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਿਸਟਰ ਬਰਾੜ ਜੇ ਤੁਹਾਨੂੰ ਕੋਈ ਚਾਹ ਜੀ ਤੁਹਾਡਾ ਵੀ ਬਹੁਤ ਧੰਨ ਪੋਲਿਟਿਕਸ ਕਰਦੇ ਸੀ ਠੀਕ ਹੈ ਕਾਹ ਬੜਾ ਹੈਗਾ ਤੁਸੀਂ ਹਰ ਵਕਤ ਠੀਕ ਹੈ ਆਪਾਂ ਨੇ ਜੀ ਡਿਬੇਟ ਚ ਪਏ ਇਕਬਾਲ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਰੋਪਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਅਦਾਲਤ ਤੋਂ ਵੱਡੇ ਹੋਗੇ ਬਰਾਡ ਸਾਹਿਬ ਤੁਹਾਡਾ ਧੰਨਵਾਦ ਪੱਟੀ ਸਾਹਿਬ ਤੁਹਾਡਾ ਧੰਨਵਾਦ ਸਾਰੇ ਮਾਨਾਂ ਦਾ ਬਹੁਤ ਧੰਨਵਾਦ ਕਰਦੇ ਬਿਆਦ ਵੀ ਕਾਹ ਐਕਸ਼ਨ ਤੇ ਅਲਟੀਮੇਟਮ ਕੈਪਟਨ ਰਿੰਦਰ ਸਿੰਘ ਦੀ ਸਰਕਾਰ ਕਿਹੜਾ ਐਕਸ਼ਨ ਲੈ ਰਹੀ ਹੈ ਅਲਟੀਮੇਟਮ ਜਿਹੜਾ ਦਿੱਤਾ ਗਿਆ ਪੰਥਕ ਤੇਰਾ ਵੱਲੋਂ ਉਹਨਾਂ ਦਾ ਹੁਣ ਕੀ ਜਵਾਬ ਦਿੱਤਾ ਜਾਊਗਾ ਐਸਆਈਟੀ ਤੇ ਕਦੋਂ ਜਜਮੈਂਟ ਆਉਂਦੀ ਹੈ ਕਦੋਂ ਸਰਕਾਰ ਹੈ ਛੜੀ ਉਹ ਅਗਲਾ ਐਕਸ਼ਨ ਲੈਂਦੀ ਹੈ ਸਾਰਿਆਂ ਤੇ ਸਾਡੀ ਨਜ਼ਰ ਹੈ ਕਿ ਆ ਪਰ ਇਹ ਮੁੱਦਾ 2022 ਦੇ ਚੋਣਾਂ ਨੂੰ ਲੈ ਕੇ ਜ਼ਿਆਦਾਤਰ ਨਹੀਂ ਚੱਕਿਆ ਜਾ ਰਿਹਾ ਕਿਸਾਨ ਸੰਘਰਸ਼ ਨੂੰ ਲਈ ਤੋਂ ਲੋਨ ਦੇ ਲਈ ਤਾਂ ਨਹੀਂ ਚੱਕਿਆ ਜਾ ਰਿਹਾ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਵਿੱਚ ਹੋਣਗੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਸਵਾਲ ਹੋਣਗੇ ਪੁਇਖ ਦੀ ਗੋਦ ਵਿੱਚ ਹਰ ਗੱਲ ਦਾ ਜਵਾਬ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਬਹੁਤ